अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना। अकाल चैनल वेखण वाले सारे व्यूअर्स दा मैं वरिंदर सिंह स्वागत करदा जी। अज दे इस खास प्रोग्राम दे विच अज असी एक खास प्रोग्राम हरियाणा दे स्टूडियो कैथल दे विच प्रोग्राम लेके आए हां। वख-वख विषयां दे विच असी आप जी दे नाल इन्हां प्रोग्राम दे विच जुड़े रहने हां। अज एक बहुत ही खास प्रोग्राम असीं लै के आए हैं। जिवें आप जी नूं पता है कि हरियाणे की जदों आपां गल करने आ ते हरियाणे दे पंजाबी हरियाणे दे सिखां दी गल हुंदी है। जिथे हरियाणे दे सिखां दी गल हुंदी है उत्थे हरियाणे दी सिखां दे नाल सिखाई जिवें गल करिए पढ़ाई की भी गल हुंदी है। तो इस पढ़ाई नूं लैके अक्सर दे विच असीं जानदे हां कि बहुत पिछले कई सालों दे विच पंजाबी जे स्टडी की गल करिए पंजाबी सिलेबसा की गल करिए जो साड़ी पंजाबी बोली है साड़ी पंजाबी भाषा है जो साड़ी पंजाबी पढ़ाई है उहदे विच सिलेबसा दे विच बड़े से कई तीन चार सालों तो छेड़छाड़ हुंदी जा रही और जिहदा कि परिणाम बहुत ही माड़ा हुंदा है क्योंकि साडे जिहड़े बच्चे ने उस जिहड़ी पंजाबीयत ने साडे सिख इतिहास तो दूर हुंदे जा रहे ने। ऐसे तरह ही इस मुहिम नूं अगे चलाउण वास्ते अज साडे नाल सरदार लफटैन सिंह जी जो अपना हरियाणे दे हाई स्कूल दे विच स्टडी करवांदे ने सीनियर सेकेंडरी सीनियर पंजाबी अध्यापक ने जिहड़े अपने लंबे समय दे विच जुड़े होए ने ते जिन्हां ने हमेशा ही जदों सिलेबस नूं पढ़ाउंदे ने बच्चिआं तक उहनां दी नज़र हमेशा ही सिलेबस दे विच गड्डी रहिंदी है कि कीहड़ी चीज़ आ नवीं आई है कीहड़ी बदली है। टीचर तो बहुत सारे होंगे ने बहुत सारे टीचरां ने अपना काम करके सिर्फ इसों तक सीमित होंगे ने पढ़ा के असीं अपने घरां तक चले जाइए पर कुछ अजिहे होंगे ने जिहड़े कौम दे नाल हर टाइम खड़े रहिंदे ने कि साडे नाल इह जिहड़ा धक्का हो रिहा इह जिहड़ा बदलाव ने साडे लई नहीं चंगे। इस तरह ही सरदार लफटैन सिंह ने पिछले तीन चार सालों के इन्हां चीज़ों के नाल जुड़ के मुहिमां चलाईआं सन उन्हां सारी गल्लबात करन वास्ते अज साडे नाल हाजिर होने। सब तो पहला आपां दा स्वागत करदे हां जी। वाहिगुरू जी का खालसा ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਅਕਾਲ ਚੈਨਲ ਦੇ ਅੱਜ। ਧੰਨਵਾਦ ਵੀਰ, ਬਹੁਤ ਬਹੁਤ ਸ਼ੁਕਰੀਆ। ਸਟੂਡੀਓ ਦੇ ਵਿੱਚ ਤੇ ਇਸ ਟਾਈਮ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਲਗਭਗ UK ਯੂਰਪ ਤੇ ਇੰਡੀਆ ਦੇ ਵਿੱਚ ਇਸ ਟਾਈਮ ਆਪ ਜੀ ਨੂੰ ਸੰਗਤਾਂ ਦੇਖ ਰਹੀਆਂ ਨੇ ਤੇ ਅਸੀਂ ਬੜੀ ਜਦੋਂ ਇਹ ਨਿਊਜ਼ ਪੜ੍ਹੀ ਸੀ ਕਿ ਸਰਦਾਰ ਲਫਟੈਨ ਸਿੰਘ ਨੇ ਪੰਜਾਬੀ ਇਹ ਸਿਲੇਬਸ ਨੂੰ ਲੈ ਕੇ ਮੁਹਿੰਮ ਜਾਰੀ ਕੀਤੀ ਜਿਹਦੇ ਵਿੱਚ ਉਹ ਸਫਲ ਵੀ ਹੋਏ ਨੇ ਤੇ ਬੜੀ ਖੁਸ਼ੀ ਦੀ ਗੱਲ ਹੋਈ ਕਿ ਅਸੀਂ ਉਸ ਵੀਰ ਨੂੰ ਜ਼ਰੂਰ ਸੰਗਤਾਂ ਤੱਕ ਵੀ ਲੈ ਕੇ ਆਈਏ ਤੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਵੀਰ, ਤਾਂ ਬਾਬੇ ਦੀ ਕਿਰਪਾ ਹੈ ਜੀ ਗੁਰੂ ਘਰ ਦੀ। ਤਾਂ ਪਿੱਛੇ ਜਦੋਂ ਹਰਿਆਣੇ ਦੇ ਵਿੱਚ ਜੀ 2016 'ਚ ਪੰਜਾਬੀ ਦਾ ਸਿਲੇਬਸ ਚੇਂਜ ਹੋਇਆ ਉਸ ਸਿਲੇਬਸ ਬਦਲਾਓ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਨੂੰ ਸਿਲੇਬਸ ਦੇ ਵਿੱਚੋਂ ਹਟਾ ਦਿੱਤਾ ਗਿਆ। ਠੀਕ ਹੈ ਜੀ। 2016 ਦੇ ਵਿੱਚ 2016 ਜਦੋਂ 2016 1 April ਨੂੰ ਜਦੋਂ ਕਿਤਾਬਾਂ ਸਾਡੇ ਕੋਲ ਆਈਆਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ 8th ਦੇ ਵਿੱਚੋਂ ਹਟਾਤੀ, 7th ਦੇ ਵਿੱਚੋਂ ਹਜ਼ਰਤ ਮੁਹੰਮਦ ਸਾਹਿਬ ਉਹਨਾਂ ਦੀ ਜੀਵਨੀ ਨੂੰ ਹਟਾ ਦਿੱਤਾ ਗਿਆ। ਬਹੁਤ ਮਾੜੀ ਗੱਲ ਆ, ਮਾੜੀ ਗੱਲ। ਜੋ ਮਹਾਂਪੁਰਸ਼ ਨੇ ਇਹ ਸਮਾਜ ਨੂੰ ਜੋੜਦੇ ਆ, ਭਾਈਚਾਰਕ ਸਾਂਝ ਪੈਦਾ ਕਰਦੇ ਆ ਔਰ ਇਹਨਾਂ ਦੀ ਜੀਵਨੀ ਨੂੰ ਉਹਦੇ ਨਾਲ ਛੇੜਛਾੜ ਹੋਣੀ ਆਪਣੇ ਆਪ 'ਚ ਇੱਕ ਬੜੀ ਮੰਦਭਾਗੀ ਗੱਲ ਸੀ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਪੁੱਛਣਾ ਚਾਹੁੰਦਾ ਤੁਸੀਂ ਕਿੰਨੇ ਇਹ ਲੰਮੇ ਸਮੇਂ ਦੇ ਵਿੱਚ ਇਸ ਟੀਚ ਲਾਈਨ ਦੇ ਵਿੱਚ ਜੁੜੇ ਹੋਏ ਹੋ ਅਤੇ ਤੁਹਾਡੇ ਨਾਲ ਕਿੰਨੇ ਹੀ ਬੱਚੇ ਜਿਹੜੇ ਨੇ ਪੰਜਾਬੀ ਸਿੱਖ ਕੇ ਗਏ ਨੇ। ਸਭ ਤੋਂ ਪਹਿਲਾਂ ਤੁਹਾਡੇ ਬਾਰੇ ਬੇਸਿਕ ਜ਼ਰੂਰ ਜਾਣਾਂਗੇ। ਹਾਂ, ਮਸਲਾ ਤਾਂ ਦੇਖੋ ਬਿਲਕੁਲ ਬਿਲਕੁਲ ਮੈਂ ਪੰਜਾਬੀ ਅਧਿਆਪਕ 98 'ਚ ਚੌਧਰੀ ਬੰਸੀ ਲਾਲ ਜੀ ਦੀ ਸਰਕਾਰ ਦੇ ਵਿੱਚ ਲੱਗਿਆ ਸੀ ਜੀ। ਉਸ ਸਮੇਂ ਹਰਿਆਣੇ 'ਚ ਸਭ ਤੋਂ ਵੱਧ ਪੰਜਾਬੀ ਅਧਿਆਪਕ ਚੌਧਰੀ ਬੰਸੀ ਲਾਲ ਨੇ ਰੱਖੇ ਸੀ ਉਸ ਟਾਈਮ ਦੇ ਵਿੱਚ। ਉਸ ਸਮੇਂ ਠੀਕ ਹੈ ਜੀ। ਔਰ ਉਸੇ ਦੌਰ ਦਾ ਮੈਂ ਆਇਆ ਹੋਇਆ, ਅਸੀਂ ਆਪਣੇ ਤੌਰ 'ਤੇ ਪੂਰੇ ਪ੍ਰਯਾਸ ਕੀਤੇ। ਮੇਰੇ 2 ਸਟੂਡੈਂਟ ਹੁਣ ਜਿਹੜੀ ਪਿੱਛੇ ਭਰਤੀ ਆਈ ਹੈ ਇਹਦੇ ਵਿੱਚ ਲੈਕਚਰਾਰ ਵੀ ਸਿਲੈਕਟ ਹੋਇਆ ਪੰਜਾਬੀ ਦੇ। ਵਾਹ ਜੀ ਵਾਹ। ਇੱਕ ਤਾਂ ਮੇਰਾ ਔਰ ਇੱਕ ਸਟੂਡੈਂਟ ਮੇਰਾ ਗੁਲੇ ਸਕੂਲ 'ਚ ਹੀ ਪੜ੍ਹ ਕੇ ਗੁਲੇ ਸਕੂਲ 'ਚ ਹੀ ਉਹਨੂੰ ਜੁਆਇਨ ਵੀ ਕਰਵਾਇਆ ਸੀ। ਕੀ ਬਾਤ ਹੈ ਜੀ। ਅਤੇ ਸਾਡੇ ਲਈ ਮਾਣ ਵਾਲੀ ਗੱਲ ਹੈ, ਮੇਰੇ ਬਹੁਤ ਸਾਰੇ ਬੱਚੇ ਜਿਹੜੇ ਕਿਉਂਕਿ ਮੈਂ NCC ਆਫਿਸਰ ਵੀ ਹਾਂ ਜੀ ਜੀ, ਤਾਂ ਮੇਰੇ ਬਹੁਤ ਸਾਰੇ ਬੱਚੇ ਜਿਹੜੇ ਪੁਲਿਸ 'ਚ ਔਰ ਫੌਜ 'ਚ ਕਾਫੀ ਬੱਚੇ ਗਏ ਆ। ਠੀਕ ਹੈ। ਅਤੇ ਹਰਿਆਣੇ ਦੇ ਸਕੂਲਾਂ ਦੇ ਵਿੱਚ ਪੰਜਾਬੀ ਲਗਭਗ ਕਿਹੜੀ ਕਲਾਸ ਤੋਂ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ ਪੜ੍ਹਾਉਣੀ? ਇਹ 6th ਕਲਾਸ ਤੋਂ ਸ਼ੁਰੂ ਹੁੰਦੀ ਹੈ, ਜਦਕਿ ਜਿਵੇਂ ਹਰਿਆਣੇ 'ਚ ਸੈਕਿੰਡ ਲੈਂਗੁਏਜ ਪੰਜਾਬੀ ਹੈ ਜੀ, ਇਹ 3 ਤੋਂ ਲਾਗੂ ਹੋਣੀ ਚਾਹੀਦੀ ਹੈ। ਲਾਗੂ 3 ਤੋਂ ਹੋਣੀ ਚਾਹੀਦੀ? ਬਿਲਕੁਲ। 1967 ਤੋਂ ਪਹਿਲਾਂ, 1 November 1966 ਤੋਂ ਪਹਿਲਾਂ, ਜੋ ਹਰਿਆਣਾ ਬਣਨ ਤੋਂ ਪਹਿਲਾਂ ਹਰਿਆਣੇ ਦੇ ਵਿੱਚ 3 ਤੋਂ ਪੰਜਾਬੀ ਹੁੰਦੀ ਸੀ। ਆਪਾਂ ਹੁਣ ਵੀ ਦੇਖੀਏ ਪੰਜਾਬ ਦੇ ਵਿੱਚ ਹਾਂਜੀ 3 ਤੋਂ ਹਿੰਦੀ ਸ਼ੁਰੂ ਹੋ ਜਾਂਦੀ ਆ, ਹੋ ਜਾਂਦੀ। ਸੈਕਿੰਡ ਲੈਂਗੁਏਜ ਦਾ ਮਤਲਬ ਹੈ ਕਿ ਬੱਚਾ ਜਦੋਂ ਥੋੜ੍ਹੇ ਜਿਹਾ ਸੰਭਲ ਗਿਆ ਉੱਥੋਂ ਉਹਨਾਂ ਨੂੰ ਪੰਜਾਬੀ ਦਾ ਵੀ ਨਾਲ ਉਸ ਭਾਸ਼ਾ ਦਾ ਗਿਆਨ ਦਿੱਤਾ ਜਾਵੇ। ਠੀਕ ਹੈ ਜੀ। ਔਰ ਇਹ ਜੇ ਸੈਕਿੰਡ ਲੈਂਗੁਏਜ ਦੇ ਤੌਰ 'ਤੇ ਹਰਿਆਣੇ 'ਚ ਜਿਵੇਂ ਆਪਾਂ ਕਹਿ ਰਹੇ ਹਾਂ ਲਾਗੂ
ਗਜਟ ਨੋਟੀਫਿਕੇਸ਼ਨ ਹੋ ਚੁੱਕਿਆ ਪਰ ਲੇਕਿਨ ਕਾਫੀ ਖਾਮੀਆਂ ਹਲੇ ਵੀ ਨੇ ਇਹਨੂੰ ਤੀਜੀ ਤੋਂ ਲਾਗੂ ਕੀਤਾ ਜਾਣਾ ਚਾਹੀਦਾ ਕਹਿਣ ਤੋਂ ਭਾਵ ਵੀ ਜੇ ਤੇ ਚਲੋ ਤੀਜੀ ਤੇ ਤੀਜੀ ਜੇ ਉਹਨਾਂ ਨੂੰ ਮੈਂ ਕਹਿੰਦਾ ਬੱਚੇ ਨੂੰ ਨਰਸਰੀ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਕਿਉਂਕਿ ਉਸ ਟਾਈਮ ਬੱਚਾ ਕੱਚਾ ਹੁੰਦਾ ਜਿਹੜੀ ਉਹਦੇ ਜਹਿਨ 'ਚ ਪੈ ਜਾਣੀ ਹੈ ਉਹੀ ਚੀਜ਼ ਪੈ ਜਾਣੀ ਜਿਵੇਂ ਏ ਬੀ ਸੀ ਬੱਚਾ ਸ਼ੁਰੂ ਤੋਂ ਸਿੱਖ ਲੈਂਦਾ 1 2 ਸਿੱਖ ਲੈਂਦਾ ਉਹ ਤਾਂ ਹੋਰ ਵੀ ਬਹੁਤ ਵਧੀਆ ਹੈ ਜਿਵੇਂ ਆਪ ਕਹਿ ਰਹੇ ਹੋ ਪਰ ਲੇਕਿਨ ਟੈਕਨੀਕਲੀ ਜਿਹੜੀ ਗੱਲ ਪਹਿਲਾਂ ਸੀ ਜੀ ਜੀ ਕਿਉਂਕਿ ਮੈਂ ਤਾਂ ਟੈਕਨੀਕਲ ਗੱਲ ਕਰਾਂਗਾ ਛੜ ਤੋਂ ਪਹਿਲਾਂ ਤੀਜੀ ਤੋਂ ਸ਼ੁਰੂ ਸੀ ਠੀਕ ਹੈ ਜੀ ਹੁਣ ਵੀ ਤੀਜੀ ਤੋਂ ਹੋਣੀ ਚਾਹੀਦੀ ਤੇ ਤੁਹਾਨੂੰ ਜੋ ਉਸ ਟਾਈਮ ਟੀਚ ਜਿਹੜੀ ਗੱਲ ਕਰੀ ਪੰਜਾਬੀ ਦੇ ਟੀਚਰ ਦਾ ਉਹਦਾ ਮਿਲਿਆ ਤੇ ਹਰਿਆਣੇ ਦੇ ਵਿੱਚ ਪੰਜਾਬੀ ਪੜ੍ਹਾਉਣ ਦਾ ਮੌਕਾ ਮਿਲਿਆ ਤੇ ਬਹੁਤ ਹੀ ਤੁਹਾਨੂੰ ਉਸ ਟਾਈਮ ਵਧੀਆ ਫੀਲ ਹੋਇਆ ਬਿਲਕੁਲ ਬਹੁਤ ਅਸੀਂ ਪ੍ਰਾਊਡ ਮਹਿਸੂਸ ਕਰਦੇ ਹਾਂ ਜੀ ਕਿ ਆਪਣੀ ਸਟੇਟ ਦੇ ਵਿੱਚ ਅਸੀਂ ਮਾਂ ਬੋਲੀ ਪੰਜਾਬੀ ਦੇ ਲਈ ਕਿਉਂਕਿ ਬਹੁਤੇ ਸਾਰੇ ਨੇ ਇਸ ਟਾਈਮ ਵੀ ਜੇ ਸਕੂਲਾਂ ਦੀ ਗੱਲ ਕਰੀਏ ਕਈ ਬੱਚੇ ਪੰਜਾਬੀ ਇਸ ਕਰਕੇ ਨਹੀਂ ਸਿੱਖ ਪਾਏ ਕਿਉਂਕਿ ਉਹਨਾਂ ਦੇ ਸਕੂਲਾਂ ਦੇ ਵਿੱਚ ਪੰਜਾਬੀ ਲਾਗੂ ਨਹੀਂ ਸੀ ਕੰਪਲਸਰੀ ਨਹੀਂ ਸੀ ਜਿਸ ਕਰਕੇ ਅੱਜ ਕੱਲ੍ਹ ਕਈ ਬੱਚਿਆਂ ਨੂੰ ਪੰਜਾਬੀ ਬੋਲ ਤੇ ਲੈਂਦੇ ਨੇ ਪਰ ਅਕਸਰ ਦੇ ਵਿੱਚ ਪੜ੍ਹਨ ਦੇ ਵਿੱਚ ਦਿੱਕਤ ਬਿਲਕੁਲ ਇਹ ਕਾਫੀ ਦਿੱਕਤਾਂ ਆਈਆਂ ਪਿੱਛੇ ਸਾਡਾ ਸੰਗਠਨ ਨੇ ਜੇ ਇਹਦੇ ਵਿੱਚ ਕਾਫੀ ਪ੍ਰਯਾਸ ਕੀਤਾ ਹਰਿਆਣਾ ਪੰਜਾਬੀ ਭਾਸ਼ਾ ਵਿਕਾਸ ਮੰਚ ਅਤੇ ਅਧਿਆਪਕ ਕਲਿਆਣ ਸੰਗਠਨ ਨੇ ਅਸੀਂ ਪੂਰੇ ਹਰਿਆਣੇ 'ਚੋਂ ਲਿਸਟਾਂ ਬਣਾ ਕੇ ਦਿੱਤੀਆਂ ਸਰਪੰਚਾਂ ਕੋਲੋਂ ਲਿਖਵਾ ਕੇ ਦਿੱਤਾ ਵੀ ਜਿੱਥੇ ਪੰਜਾਬੀ ਪੜ੍ਹਨ ਪੰਜਾਬੀ ਬੱਚੇ ਹੈ ਲੇਕਿਨ ਟੀਚਰ ਨਹੀਂ ਉੱਥੇ ਪੋਸਟਾਂ ਵੀ ਕ੍ਰੀਏਟ ਹੋਈਆਂ ਮੈਂ ਸਰਕਾਰਾਂ ਦਾ ਵੀ ਧੰਨਵਾਦ ਕਰਾਂਗਾ ਕਿ ਹੁਣ ਸਾਡੇ ਕੋਲ ਹਰਿਆਣੇ 'ਚ ਮੇਰੇ ਖਿਆਲ 'ਚ ਜਿੱਥੇ ਅਸੀਂ ਪੰਜਾਬੀ ਟੀਚਰ ਚਾਹੁੰਦੇ ਲਗਭਗ ਸਾਰੇ ਪਾਸੇ ਪਹੁੰਚ ਚੁੱਕੇ ਹਾਂ ਪਹੁੰਚ ਚੁੱਕੇ ਹਾਂ ਠੀਕ ਅਤੇ ਬੱਚਿਆਂ ਦਾ ਕਿਵੇਂ ਦਾ ਰੁਝਾਨ ਰਹਿੰਦਾ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਬਹੁਤ ਇੰਟਰਸਟ ਹੁੰਦਾ ਔਰ ਬੜੇ ਇੰਟਰਸਟ ਦੇ ਨਾਲ ਭਾਵੇਂ ਉਹ ਉਹਨਾਂ ਨੇ ਕਦੇ ਪਹਿਲਾਂ ਆਸੇ ਆਲੇ ਦੁਆਲੇ ਪੰਜਾਬੀ ਨਾ ਵੀ ਸੁਣੀ ਹੋਵੇ ਲੇਕਿਨ ਉਸਦੇ ਬਾਵਜੂਦ ਜਿਹੜੇ ਨੌਨ ਪੰਜਾਬੀ ਬੱਚੇ ਆ ਜੀ ਉਹ ਪੰਜਾਬੀ 'ਚ ਵੱਧ ਨੰਬਰ ਲੈ ਰਹੇ ਆ ਅੱਛਾ ਜੀ ਵੱਧ ਇੰਟਰਸਟ ਦਿਖਾ ਰਹੇ ਆ ਇਹ ਇਸ ਬਾਣੀ ਦੀ ਮਿਠਾਸ ਕਹਿ ਸਕਦੇ ਆਪਾਂ ਪੰਜਾਬੀ ਭਾਸ਼ਾ ਦੀ ਜੀ ਜੀ ਕਿ ਇੰਨੀ ਮਿੱਠੀ ਹੈ ਕਿ ਹਰ ਇੱਕ ਦੇ ਵਿੱਚ ਆਪਣਾ ਘਰ ਥਾਂ ਬਣਾ ਲੈਂਦੀ ਆ ਠੀਕ ਹੈ ਜੀ ਬਹੁਤ ਵਧੀਆ ਗੱਲ ਚਲੋ ਪੰਜਾਬੀ ਦੀ ਗੱਲ ਕੀਤੀ ਆਪਾਂ ਇਹਨਾਂ ਦੇ ਕੋਲੋਂ ਜਾਣਿਆ ਕਿ ਕਿਸ ਟਾਈਮ ਲੰਮੇ ਸਮੇਂ ਤੋਂ ਪੰਜਾਬੀ ਨਾਲ ਜੁੜੇ ਹੋਏ ਨੇ ਬੱਚਿਆਂ ਦਾ ਇੰਟਰਸਟ ਹੈ ਪੰਜਾਬੀ ਪੜ੍ਹਾਉਂਦੇ ਆ ਜਿੱਥੇ ਪੰਜਾਬੀ ਆਪਾਂ ਸਿਲੇਬਸ ਦੀ ਗੱਲ ਕਰਦੇ ਹਾਂ ਹੁਣ ਸਿਲੇਬਸ ਦੇ ਉੱਪਰ ਆਪਾਂ ਆ ਖੜੇ ਹਾਂ ਸਿਲੇਬਸ ਨੂੰ ਲੈ ਕੇ ਦੇਖੋ ਜੀ ਸਭ ਤੋਂ ਵੱਧ ਜਿਹੜਾ ਟੀਚਰ ਦੇ ਹੱਥ ਹੁੰਦਾ ਵੀ ਟੀਚਰ ਨੂੰ ਜ਼ਿਆਦਾ ਨੌਲੇਜ ਹੁੰਦੀ ਹੈ ਕਿ ਜਿਨ੍ਹਾਂ ਨੇ ਪੁਰਾਣਾ ਇਤਿਹਾਸ ਪੜ੍ਹਿਆ ਹੁੰਦਾ ਇਤਿਹਾਸ ਪੜ੍ਹਨ ਤੋਂ ਬਾਅਦ ਅੱਗੇ ਇਤਿਹਾਸ ਨੂੰ ਪੜ੍ਹਾਇਆ ਜਾਂਦਾ ਹੁੰਦਾ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜਾ ਇਤਿਹਾਸ ਜਿਹੜਾ ਬੁੱਕਾਂ ਦੇ ਵਿੱਚ ਆ ਰਿਹਾ ਉਹ ਸਹੀ ਆ ਰਿਹਾ ਕਿ ਗਲਤ ਆ ਰਿਹਾ ਉਹ ਤੁਹਾਨੂੰ ਜ਼ਿਆਦਾ ਪਹਿਲਾਂ ਪਰਖ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਬੱਚਿਆਂ ਤੱਕ ਉਹ ਚੀਜ਼ ਪਹੁੰਚਾਉਂਦੇ ਹੋ ਹੁਣ ਅੱਜ ਦੇ ਟਾਈਮ ਦੀ ਜੇ ਗੱਲ ਕਰੀਏ ਪਿਛਲੇ 4-5 ਸਾਲਾਂ ਦੇ ਵਿੱਚ ਕਿਹੋ ਜਿਹੇ ਬਦਲਾਵ ਆਏ ਨੇ ਪੰਜਾਬੀ ਸਿਲੇਬਸਾਂ ਨੂੰ ਨਹੀਂ ਦੇਖੋ ਸਿਲੇਬਸ ਦੇ ਵਿੱਚ ਜਿਹੜਾ ਬਦਲਣ ਦੀ ਮੰਗ ਸੀ ਕਾਫੀ ਪਿਛਲੇ ਸਮੇਂ ਤੋਂ ਸੀ ਜੀ ਔਰ ਕੁਛ ਕੁ ਚੀਜ਼ਾਂ ਅਜਿਹੀਆਂ ਹੋ ਜਾਂਦੀਆਂ ਨੇ ਜਿਹੜੀਆਂ 'ਚ ਬਦਲਾਅ ਕਰਨਾ ਜ਼ਰੂਰੀ ਹੋ ਜਾਂਦਾ ਕਿਉਂਕਿ ਸਮੇਂ ਨਾਲ ਪੁਰਾਣੀ ਹੋ ਜਾਂਦੀਆਂ ਨੇ ਠੀਕ ਹੈ ਜੀ ਔਰ ਕੁਛ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਐਵਰਗ੍ਰੀਨ ਨੇ ਠੀਕ ਹੈ ਜਿਨ੍ਹਾਂ ਦੇ ਵਿੱਚ ਉਹ ਲਾਈਫ ਟਾਈਮ ਨੇ ਜਿਵੇਂ ਗੁਰਬਾਣੀ ਹੈ ਸੰਤਾਂ ਭਗਤਾਂ ਦੀਆਂ ਜੀਵਨੀਆਂ ਨੇ ਮਹਾਂਪੁਰਸ਼ਾਂ ਦੀਆਂ ਉਹ ਬੱਚਿਆਂ ਲਈ ਅੱਜ ਵੀ ਉਹੀ ਸਾਰਥਕਤਾ ਹੈ ਆ ਤੋਂ 100 ਸਾਲਾਂ ਬਾਅਦ ਵੀ ਹੈ ਆ ਤੋਂ 100 ਸਾਲ ਪਹਿਲਾਂ ਵੀ ਸੀ ਜਦੋਂ ਤੱਕ ਧਰਤੀ ਚੱਲੂਗੀ ਠੀਕ ਹੈ ਉਹਦਾ ਜੀਵਨ ਜਿਹੜਾ ਉਹ ਮਨੁੱਖਤਾ ਦੇ ਲਈ ਬੱਚਿਆਂ ਦੇ ਲਈ ਇੱਕ ਮਨ ਸਿਹਤ ਕਾਰਨ ਬਣਦਾ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਹੈ ਠੀਕ ਹੈ ਜਿਵੇਂ ਆਪਾਂ ਜੇ ਇਸੇ ਗੱਲ 'ਤੇ ਲਈਏ ਕਿ ਆਪਣੇ ਲਈ ਤਾਂ ਹਰ ਕੋਈ ਜਿਉਂਦਾ ਠੀਕ ਹੈ ਦੂਜਿਆਂ ਲਈ ਕਿਵੇਂ ਜਿਉਣਾ ਹੈ ਇਹ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਕੁਰਬਾਨੀ ਦੇ ਕੇ ਦੱਸੀ ਸੀ ਕੀ ਬਾਤ ਹੈ ਸਹੀ ਗੱਲ ਹੈ ਪੂਰੇ ਸੰਸਾਰ 'ਚ ਅਜਿਹੀ ਮਿਸਾਲ ਕਿਤੇ ਨਹੀਂ ਮਿਲਦੀ ਕਿ ਜਿੱਥੇ ਆਪ ਜਨੇਊ ਪਹਿਨਦੇ ਨਹੀਂ ਸੀ ਲੇਕਿਨ ਜਨੇਊ ਦੀ ਰੱਖਿਆ ਦੇ ਲਈ ਮਾਨਵਤਾ ਦੀ ਰੱਖਿਆ ਦੇ ਲਈ ਮਾਨਵ ਮਨੁੱਖੀ ਹੱਕਾਂ ਦੇ ਲਈ ਆਪ ਆਨੰਦਪੁਰ ਸਾਹਿਬ ਤੋਂ ਪੈਦਲ ਚੱਲ ਕੇ ਹਰਿਆਣੇ ਦੇ ਇੱਕ ਖੁੰਜੇ ਤੋਂ ਦੂਸਰੇ ਖੁੰਜੇ ਤੱਕ ਔਰ ਸਭ ਤੋਂ ਵੱਡੀ ਗੱਲ ਪੈਦਲ ਚੱਲ ਕੇ ਸਭ ਤੋਂ ਵੱਡੀ ਗੱਲ ਹੈ ਜੀ ਜਿਸ ਹਰਿਆਣੇ ਦੇ ਵਿੱਚ ਰਹਿ ਰਹੇ ਹਾਂ ਔਰ ਜਿਸ ਪੰਜਾਬੀ ਨੂੰ ਪੜ੍ਹਾ ਰਹੇ ਹਾਂ ਉਹਦੇ ਨਾਲ ਜਿਉਂਦਾ ਜਗਦਾ ਇਤਿਹਾਸ ਵੀ ਹਰਿਆਣੇ ਦੇ ਵਿੱਚ ਬਿਲਕੁਲ ਔਰ ਮੈਂ ਤਾਂ ਇੱਕ ਗੱਲ ਇਹ ਵੀ ਕਹਿੰਦਾ ਕਿ ਜੇ ਹਰਿਆਣੇ ਦੀ ਪੂਰੇ ਸੰਸਾਰ 'ਚ ਪਛਾਣ ਹੈ ਤਾਂ ਦੋ ਗੱਲਾਂ ਕਰਕੇ ਆ ਜੀ ਪਹਿਲੀ ਇਹ ਕਿ ਇੱਥੇ ਮਹਾਂਭਾਰਤ ਦਾ ਯੁੱਧ ਹੋਇਆ ਔਰ ਪਵਿੱਤਰ ਗੀਤਾ ਗ੍ਰੰਥ ਦੀ ਰਚਨਾ ਹੋਈ ਠੀਕ ਹੈ ਜੋ ਪੂਰੇ ਸੰਸਾਰ 'ਚ ਜਿਹਦੀ ਇੱਕ ਆਪਣੀ ਮਾਨਤਾ ਸਤਿਕਾਰ ਨਾਲ ਲੋਕ ਪੜ੍ਹਦੇ ਆ ਸਿੱਖਦੇ ਆ ਜੀ ਦੂਜਾ ਇਹ ਕਿ ਮਾਨਵਤਾ ਦੀ ਰਾਖੀ ਦੇ ਲਈ ਜਿਹਨੂੰ ਅੱਜ ਹਿਊਮਨ ਰਾਈਟਸ ਦੀ ਸ਼ਬਦ ਕਹਿੰਦੇ ਹਾਂ ਉਸ ਟਾਈਮ ਬਣਿਆ ਵੀ ਨਹੀਂ ਸੀ ਜੀ ਜੀ ਸਾਨੂੰ 1675 ਦੇ ਵਿੱਚ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਆਪ ਚੱਲੇ ਪੈਦਲ ਜਾ ਕੇ ਦਿੱਲੀ 'ਚ ਜਾ ਕੇ ਕੁਰਬਾਨੀ ਦਿੱਤੀ ਕਿ ਮਨੁੱਖੀ ਹੱਕ ਪਹਿਲਾਂ ਨੇ ਹਰ ਇੱਕ ਬੰਦੇ ਨੂੰ ਆਪਣੇ ਢੰਗ ਨਾਲ ਜਿਉਣ ਦਾ ਹੱਕ ਉਹਦੇ ਉੱਪਰ ਧੱਕਾਸ਼ਾਹੀ ਨਹੀਂ ਹੋਣੀ ਚਾਹੀਦੀ ਔਰ ਉਸ ਜ਼ੁਲਮ ਨੂੰ ਠੱਲ ਪਾਈ ਸੀ ਔਰ ਦੁੱਖ ਦੀ ਗੱਲ ਇਹ ਕਿ ਉਹੀ ਪਾਠ
ਸਾਡੇ 8ਵੀਂ ਦੀ ਜਮਾਤ ਚੋਂ ਹਟਾਤਾ ਸੀ। ਮੈਂ ਹੀ ਗੱਲ ਤੇ ਆ ਰਿਹਾ ਸੀ ਵੀ ਤੁਸੀਂ ਕਿਹਾ ਸੀ ਵੀ ਸਿਲੇਬਸ ਸਮੇਂ ਦੇ ਸਾਹਮਣੇ ਬਦਲ ਸਕਦਾ ਪਰ ਸਮੇਂ ਦੇ ਸਾਹਮਣੇ ਕੱਢਣੇ ਨਹੀਂ ਜਾ ਸਕਦਾ। ਨਹੀਂ ਉਹ ਉਸ ਸਮੇਂ ਦੀ ਸਰਕਾਰ ਨੇ ਵੀ ਕਾਂਗਰਸ ਟਾਈਮ ਦੇ ਕਾਂਗਰਸ ਸਰਕਾਰ ਦੇ ਸਮੇਂ ਇਹ ਸਿਲੇਬਸ ਚੇਂਜ ਹੋਇਆ ਸੀ ਔਰ ਉਹਨਾਂ ਨੇ ਹਦਾਇਤ ਵੀ ਕੀਤੀ ਸੀ ਕਿ ਨਹੀਂ ਕਰਨਾ, ਲੇਕਿਨ ਜਿਹੜੇ ਇੱਕ ਕਮੇਟੀ ਟੀਚਰਾਂ ਦੀ ਬਣਾਈ ਗਈ ਸੀ ਉਹ ਉਸਨੇ ਕਿਤੇ ਕੁਤਾਹੀ ਕੀਤੀ ਕਿ ਆ ਸਿਲੇਬਸ ਦੇ ਵਿੱਚੋਂ ਬਾਹਰ ਕਰ। ਕਿਉਂਕਿ ਤੁਸੀਂ ਪੁਰਾਣੇ ਸਮੇਂ ਤੋਂ ਜੁੜੇ ਹੋ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨੂੰ ਪੜ੍ਹਾ ਰਹੇ ਹੋ, ਉਹੀ ਜਿਹੜਾ ਸਾਡਾ ਇਤਿਹਾਸ ਹੈ ਉਹਨੂੰ ਇਹ ਬੱਚਿਆਂ ਦੇ ਸਿਲੇਬਸ ਦੇ ਤੌਰ 'ਤੇ ਪੜ੍ਹਾਇਆ ਜਾ ਰਿਹਾ ਤਾਂ ਕਿ ਉਹਦੇ ਸਮਝ ਆਏ, ਪਰ ਉਹਨੂੰ ਕੱਢਣ ਦੇ ਵਿੱਚ ਕੀ ਕਾਰਨ ਰਿਹਾ? ਕੱਢਣ ਦੇ ਕਾਰਨ ਤਾਂ ਦੇਖੋ ਹੁਣ ਇਹ ਤਾਂ ਖੋਜ ਦਾ ਵਿਸ਼ਾ ਹੈ, ਇਹ ਖੋਜ ਦਾ ਵਿਸ਼ਾ ਹੈ ਵੀ ਕਿਉਂ ਕੱਢਿਆ ਇੱਕ। ਮੈਂ ਤਾਂ ਕਹਿੰਦਾ ਮਾੜੀ ਮਾਨਸਿਕਤਾ, ਪਰ ਸੋਚਣ ਤੋਂ ਮਜਬੂਰ ਕਰ ਦਿੰਦਾ। ਸਾਹਿਬ ਕੱਢਿਆ ਸੱਤਵੀਂ 'ਚੋਂ ਉਹ ਵੀ ਗਲਤ ਗੱਲ, ਠੀਕ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੱਢਿਆ ਉਹ ਵੀ ਗਲਤ ਗੱਲ, ਕਿਉਂਕਿ ਇਹ ਸਾਨੂੰ ਜੋੜਦੇ ਆ, ਸਮਾਜ ਨੂੰ ਜੋੜਦੇ, ਕਿਤੇ ਨਾ ਕਿਤੇ ਤੁਹਾਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਨੇ ਵੀ ਹੋ ਕੀ ਰਿਹਾ। ਬਿਲਕੁਲ ਸੋਚਣ ਲਈ ਮਜਬੂਰ ਕਰਦੇ, ਇਸ ਲਈ ਦੱਸੀ ਇਹਦੇ ਲਈ ਸੰਘਰਸ਼ ਕੀਤਾ ਔਰ ਮੈਂ ਇਹਦੇ ਲਈ ਬੜੇ ਬੜੇ ਪ੍ਰਯਾਸ ਕੀਤੇ, ਸਿੱਖਿਆ ਮੰਤਰੀ ਤੱਕ ਵੀ ਪਹੁੰਚ ਕੀਤੀ। ਉਸ ਤੋਂ 2016 ਦੇ ਵਿੱਚ ਤੁਸੀਂ ਕਿਹਾ ਸੀ ਇਸ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨ ਨੂੰ ਕੱਢਿਆ ਗਿਆ ਜੋ ਤੁਸੀਂ ਇੱਕ ਉਹੀ ਟੀਚਰ ਹੈ ਜਿਹੜਾ ਆਪਣੇ ਬੱਚਿਆਂ ਨੂੰ ਇਸ ਜੋ ਸਿਲੇਬਸ ਪੜ੍ਹਾ ਰਹੇ, ਇੱਕਦਮ ਤੁਸੀਂ ਬੁੱਕ ਦੇਖੀ ਹੋਏਗੀ ਨਵੀਂ ਖੋਲ੍ਹ ਕੇ। ਬਿਲਕੁਲ ਮੈਂ ਬਿਲਕੁਲ ਇਹ ਹੋ ਤਾਂ ਉਸੇ ਸਮੇਂ ਅਸੀਂ ਰਾਸ਼ਟਰੀ ਸਿੱਖ ਸੰਗਤ ਦੇ ਸਾਡੇ ਗੁਰਚਰਨ ਸਿੰਘ ਗਿੱਲ ਨੇ ਇੰਡੀਆ ਦੇ ਉਹਨਾਂ ਦੇ ਮਾਧਿਅਮ ਰਾਹੀਂ ਸਿੱਖਿਆ ਮੰਤਰੀ ਤੱਕ ਅਪਰੋਚ ਕੀਤੀ। ਸਾਨੂੰ ਆਸ਼ਵਾਸਨ ਮਿਲਿਆ ਗਿਆ ਅਗਲੇ ਸਾਲ ਆਜੂਗਾ, ਲੇਕਿਨ ਅਗਲੇ ਸਾਲ ਫਿਰ ਨਹੀਂ ਪਿਆ, ਫਿਰ ਨਹੀਂ ਪਿਆ ਸਤਾ। ਅਤੇ ਦੁੱਖ ਦੀ ਗੱਲ ਇਹ ਸੀ ਕਿ 10ਵੀਂ 'ਚੋਂ ਵੀ ਨਿਕਲ ਗਿਆ ਉਹਨੇ, ਚਿਰ 8ਵੀਂ ਵਾਲਾ ਤਾਂ ਚਲੋ ਆਉਣਾ ਮੁੜ ਕੇ ਆਉਣਾ ਵਜੇ ਔਖਾ ਸੀ ਕਿ 10ਵੀਂ ਵਾਲਾ ਵੀ ਨਿਕਲ ਗਿਆ, 10ਵੀਂ 'ਚੋਂ ਨਿਕਲ ਗਿਆ। ਉਸਦੇ ਲਈ ਫਿਰ ਅਸੀਂ ਸੰਘਰਸ਼ ਸ਼ੁਰੂ ਕੀਤਾ, ਆਹ ਵਰਗੇ ਸੱਜਣਾਂ ਨੂੰ ਮਾਨਵਤਾ ਪ੍ਰੇਮੀਆਂ ਨੂੰ ਨਾਲ ਲਿਆ ਔਰ ਬੜੇ ਮਾਣ ਨਾਲ ਮੈਂ ਗੱਲ ਕਹਿ ਰਿਹਾ ਕਿ ਇਸ ਗੱਲ ਨੂੰ ਜੋ ਸਾਡੇ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜੀ ਸ਼੍ਰੋਮਣੀ ਅਕਾਲੀ ਦਲ ਦੇ MP ਨੇ, ਉਹਨਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਇਹਦੇ ਉੱਪਰ ਕੰਮ ਕੀਤਾ, ਜਾ ਕੇ ਆਪ ਪਿਓ ਪੁੱਤ ਦੋਵਾਂ ਨੇ, ਉਹ ਵਿਧਾਇਕ ਨੇ ਬੇਟਾ ਵੀ ਉਹਨਾਂ ਦਾ ਜੀ ਜੀ, ਉਹ CM ਖੱਟਰ ਸਾਹਿਬ ਨੂੰ ਮਿਲੇ ਔਰ ਜਸਵਿੰਦਰ ਸਿੰਘ ਸੰਧੂ ਪਹਿਵੇ ਤੋਂ MLA ਨੇ, ਉਹਨਾਂ ਨੇ ਇਹਦੇ ਉੱਪਰ ਆਵਾਜ਼ ਉਠਾਈ ਔਰ ਇੱਥੋਂ ਆਪਣਾ ਸਰਦਾਰ ਹਰਪਾਲ ਸਿੰਘ ਚੀਕਾ, ਚਰਨਜੀਤ ਸਿੰਘ ਸੋਥਾ, ਹਜੂਰ ਸਿੰਘ ਭਰਮੀ, ਬਹੁਤ ਸਾਰੇ ਸਾਥੀਆਂ ਦਾ, ਖਜਾਨ ਸਿੰਘ, ਹਾਂਜੀ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਪਰ ਇਹਦੇ ਨਾਲ ਨਾਲ ਇਹ ਕੰਮ ਫਿਰ ਵੀ ਚੱਲ ਨਹੀਂ ਰਿਹਾ ਸੀ। ਇਸ ਸਮੇਂ ਦੇ ਦੌਰਾਨ ਮੇਰੀ ਜੋ ਹਰਿਆਣਾ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਭਾਰੀ ਨੇ ਸਰਦਾਰ ਜਸਵੀਰ ਸਿੰਘ ਔਰ ਹਰਜੀਤ ਸਿੰਘ ਮੋਂਗਾ, ਉਹਨਾਂ ਨਾਲ ਸੰਪਰਕ ਹੋਇਆ ਕਿਉਂਕਿ ਉਹ ਰਾਸ਼ਟਰੀ ਸਿੱਖ ਸੰਗਤ ਦੇ ਨਾਲ ਜੁੜੇ ਹੋਏ ਆ। ਹਾਂ ਬਿਲਕੁਲ, ਜਮੁਨਾਨਗਰ ਤੋਂ ਹੈ। ਅਤੇ ਮੈਂ ਉਹਨਾਂ ਨੂੰ ਕਿਹਾ ਜੀ ਆਪ ਰਾਸ਼ਟਰੀ ਸਿੱਖ ਸੰਗਤ 'ਚ ਕੰਮ ਕਰ ਰਹੇ ਹੋ ਤਾਂ ਇਹ ਸਿੱਖ ਮਸਲਾ ਇਹਨੂੰ ਆਪ ਉਠਾਓ। ਔਰ ਉਹਨਾਂ ਨੇ ਉਸੇ ਸਮੇਂ ਮੇਰੀ ਬਹੁਤ ਛੇਤੀ ਹੀ ਇੱਕ ਹਫ਼ਤੇ ਦੇ ਵਿੱਚ ਮੀਟਿੰਗ ਹੈ ਜਿਹੜੀ CM ਸਾਹਿਬ ਨਾਲ ਕਰਾਈ ਔਰ ਮੈਂ ਬੜਾ ਹੈਰਾਨ ਹੋਇਆ ਕਿ ਜਦੋਂ CM ਸਾਹਿਬ ਦੇ ਅੱਗੇ ਅਸੀਂ ਕਿਤਾਬਾਂ ਲੈ ਕੇ ਗਏ ਉਹ ਇੱਕਦਮ ਨਹੀਂ ਯਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਵਿੱਚੋਂ ਕੱਢਤੀ ਗਾ, ਫਿਰ ਰਹਿ ਗਿਆ ਕੀ? ਅੱਛਾ ਜੀ, CM ਸਾਹਿਬ ਨੇ ਨਾ ਅੰਗੂਰ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਹਰਿਆਣੇ ਦੇ ਸਿਲੇਬਸ ਚੋਂ ਕੱਢਤੀ, ਫਿਰ ਰਹਿ ਗਿਆ ਕੀ ਗਾ? ਠੀਕ ਹੈ, ਇਹ ਬਹੁਤ ਵੱਡੀ ਕੁਤਾਹੀ ਹੋਈ ਹੈ ਔਰ ਇਹਨੂੰ ਤੁਰੰਤ ਹੁਣੇ ਠੀਕ ਕੀਤਾ ਜਾਵੇ। ਮੈਂ ਬੜੇ ਮਾਣ ਦੇ ਨਾਲ ਸਤਿਕਾਰ ਦੇ ਨਾਲ ਇਹ ਗੱਲ ਕਹਿ ਸਕਦਾ ਕਿ CM ਖੱਟਰ ਸਾਹਿਬ ਨੇ ਜੋ ਗੱਲ ਕਹੀ ਸੀ ਕਿ ਹੁਣੇ ਲਾਗੂ ਕੀਤੀ ਜਾਵੇ ਉਹਨੂੰ 6 ਮਹੀਨਿਆਂ ਦੇ ਵਿੱਚ ਲਾਗੂ ਨਵੇਂ ਸਿਲੇਬਸ ਤੁਰੰਤ ਫਾਸਟ ਟਰੈਕ 'ਚ ਕਮੇਟੀਆਂ ਬਣਾ ਕੇ ਜਿਹੜੇ ਨੇ ਕੱਢੀ ਸੀ ਉਹਨੂੰ ਸਾਰਿਆਂ ਨੂੰ ਦੁਬਾਰਾ ਵਾਪਸ ਬੁਲਾਇਆ ਜੀ ਜੀ ਔਰ ਉਹ ਜੀਵਨੀ ਵਿੱਚ ਪੈ ਕੇ 31 ਮਾਰਚ ਤੱਕ ਹੁਣ ਕਿਤਾਬਾਂ 'ਚ ਛਪ ਕੇ ਬੱਚਿਆਂ ਦੇ ਹੱਥ 'ਚ ਪਹੁੰਚ ਗਈ। ਠੀਕ, ਔਰ ਹੁਣ ਉਹ ਜੀਵਨੀ ਬੱਚੇ ਪੜ੍ਹ ਰਹੇ ਆ। ਕਹਿਣ ਤੋਂ ਬਾਅਦ ਮੈਂ ਇਸ ਗੱਲ ਦੇ ਲਈ ਆਪ ਦੇ ਚੈਨਲ ਦੇ ਰਾਹੀਂ ਖੱਟਰ ਸਾਹਿਬ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ। ਠੀਕ ਹੈ ਜੀ, ਔਰ ਨਾਲ ਦੀ ਨਾਲ ਮੰਗ ਵੀ ਇੱਕ ਮੈਂ ਰਿਕੁਐਸਟ ਵੀ ਕਰਦਾ ਕਿ ਜਿਵੇਂ ਖੱਟਰ ਸਾਹਿਬ ਨੇ ਫੁਰਤੀ ਦਿਖਾਈ ਹੈ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜੀ ਜੀ, ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਕਿ 10ਵੀਂ ਦੇ ਵਿੱਚ CBSE ਦੇ ਸਿਲੇਬਸ ਜੋ ਸਿੱਖ ਇਤਿਹਾਸ ਦੇ ਨਾਲ ਇੱਕ ਬਹੁਤ ਵੱਡਾ ਧੱਕਾ ਹੋਇਆ, ਬਹੁਤ ਕੁਤਾਹੀ ਹੋਈ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਬਾਹਰ ਕੱਢਤੀ, ਆਹ ਦੇਖੋ ਸਾਹਿਤ ਦੀਪਿਕਾ ਦੇ ਵਿੱਚ ਪਹਿਲਾਂ ਸੀ ਸਾਡੇ ਕੋਲ, ਮੈਂ ਆਪ ਨੂੰ ਦਿਖਾਉਣਾ ਚਾਹਾਂਗਾ। ਆਹ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਸੀ,
ਭਾਈ ਗੁਰਦਾਸ ਜੀ ਨੇ ਇਹਨਾਂ ਦੀ ਜੀਵਨੀ ਬਾਹਰ ਕੱਢਤੀ। ਸਭਨ ਕੇ ਸਿਰਮੋਰ ਤਾਰਾ ਸਿੰਘ ਅਣਜਾਣ ਦੀ ਜੀ ਜੀ, ਬਾਬਾ ਰਾਮ ਸਿੰਘ ਕੁੱਕਾ ਇੱਕ ਐਡੀ ਵੱਡੀ ਕੁਰਬਾਨੀ ਹੈ। 1857 ਦੀ ਕ੍ਰਾਂਤੀ ਤੋਂ ਬਾਅਦ ਜੇ ਹਿੰਦੁਸਤਾਨ ਦੇ ਵਿੱਚ ਕਿਸੇ ਮਹਾਂਪੁਰਸ਼ ਨੇ ਐਡੀ ਵੱਡੀ ਮੁਹਿੰਮ ਛੇੜੀ ਕੇ ਪੂਰੇ ਇੰਡੀਆ 'ਚ 23 ਪਰਗਨਾ ਦਾ ਸ਼ਾਸਨ ਸਥਾਪਿਤ ਕਰਕੇ ਅੰਗਰੇਜ਼ਾਂ ਦੇ ਪੈਰਲ ਗੌਰਮੈਂਟ ਖੜੀ ਕੀਤੀ ਸੀ, ਔਰ ਉਹਨਾਂ ਨੂੰ ਮਲੇਰਕੋਟਲੇ 'ਚ ਉਸ ਕਰਨ ਦੇ ਲਈ ਤੋਪਾਂ ਦੇ ਅੱਗੇ ਖੜਾ ਕੇ ਸ਼ਹੀਦ ਕੀਤਾ ਗਿਆ ਸੀ ਜੀ ਜੀ। ਇਹੋ ਜਿਹੇ ਕ੍ਰਾਂਤੀਕਾਰੀ ਜਿਹਨਾਂ ਦੇ ਨਾਲ ਸਾਡਾ ਇੰਡੀਆ ਜਿਉਂਦਾ, ਸਾਡੇ ਹਿੰਦੁਸਤਾਨ ਦੀ ਜਾਨ ਨੇ, ਉਹਨਾਂ ਨੂੰ ਸਿਲੇਬਸ 'ਚੋਂ ਕੱਢਤਾ। ਇੰਨਾ ਹੀ ਨਹੀਂ, 9ਵੀਂ ਦੀ ਦੇ ਵਿੱਚ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸੀ, ਦੁਰਗਾ ਮੈਂ ਕਿਹਾ ਸੁਰਯੋ ਚੰਡੀ ਦੀ ਵਾਰ, ਇਹ ਸਿਲੇਬਸ ਦੇ ਵਿੱਚੋਂ ਹਟਾ ਦਿੱਤੀ ਗਈ। ਸਰਦਾਰ ਹਰੀ ਸਿੰਘ ਨਲਵਾ ਹਟਾ ਦਿੱਤਾ ਗਿਆ। ਇਹ ਨਵੀਆਂ ਕਿਤਾਬਾਂ ਪਈਆਂ ਨੇ, ਇਹਨਾਂ ਵਿੱਚ ਨਹੀਂ ਹੈ ਜਿਹੜਾ ਮੌਜੂਦਾ, ਇਹਨਾਂ ਇਹ ਮੌਜੂਦਾ 'ਚ ਨਹੀਂ, ਪੁਰਾਣਿਆਂ 'ਚ ਹੈ, ਪੁਰਾਣਿਆਂ 'ਚ। ਇਹ ਮਤਲਬ ਜਿਹੜੇ ਤੁਸੀਂ ਕਹਿ ਰਹੇ ਹੋ ਇਹਨਾਂ ਕੁਛ ਜੇ ਕਹਿ ਰਹੇ, ਬਹੁਤ ਮੋਟਾ ਜਿਹੜਾ ਇਤਿਹਾਸ ਹੈ ਜਿਹੜਾ ਕੱਢਿਆ ਜਾ ਰਿਹਾ ਹੈ। ਬਿਲਕੁਲ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 8ਵੀਂ 'ਚ ਵੀ ਸੀ ਅਤੇ 10ਵੀਂ 'ਚ ਵੀ ਸੀ, ਕਿਉਂਕਿ ਪਹਿਲਾਂ ਬੱਚਿਆਂ ਛੋਟੇ ਬੱਚਿਆਂ ਦੇ ਲੈਵਲ ਦਾ ਹੁੰਦਾ, ਫਿਰ ਵੱਡਿਆਂ ਦੇ ਲੈਵਲ ਲੈਵਲ ਹੁੰਦਾ, ਉੱਥੋਂ ਉਹ ਹਟਾਤਾ। ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ, ਉਹ ਮਹਾਂਪੁਰਸ਼ ਨੇ ਜਿਹੜੇ ਗਦਰ ਲਹਿਰ ਦੇ ਮੋਢੀਆਂ ਚੁਣੇ, ਜਿਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਅੰਗਰੇਜ਼ਾਂ ਦੀ ਧਰਤੀ ਤੋਂ ਮੂਵਮੈਂਟ ਸ਼ੁਰੂ ਕੀਤੀ ਸੀ ਜੀ ਜੀ, ਉਹਦੇ ਘਰ 'ਚੋਂ ਉਹਨੂੰ ਭਾਜੜਾ ਪੁਆਤੀਆਂ ਸੀ। ਹਾਂਜੀ, ਇਹੋ ਜਿਹੇ ਸੂਰਮਿਆਂ ਦਾ ਇਤਿਹਾਸ ਬੱਚਿਆਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ, ਤਾਂ ਕਿ ਬੱਚਿਆਂ ਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋਵੇ ਜੀ, ਦੇਸ਼ ਕੌਮ ਲਈ ਮਰ ਮਿਟਣ ਦੀ ਜੁਗਤ ਪੈਦਾ ਹੋਵੇ। ਨੌਵੀਂ ਦਸਵੀਂ 'ਚ ਜੋ CBSE ਪੜ੍ਹਾ ਰਿਹਾ, ਉਹੀ ਅਸੀਂ ਹਰਿਆਣੇ 'ਚ ਸਿੱਧੀਆਂ ਪੜ੍ਹਾਉਂਦੇ ਹਾਂ। ਔਰ ਮੇਰੇ ਧਿਆਨ 'ਚ ਇਸ ਕਰਕੇ ਆ ਗਿਆ ਕਿਉਂਕਿ ਹਰਿਆਣਾ ਬੋਰਡ ਦਾ ਪਿਛਲੇ ਸਾਲ 10ਵੀਂ ਦਾ ਔਰ 9ਵੀਂ ਦਾ ਸਿਲੇਬਸ ਚੇਂਜ ਹੋਇਆ, ਆ ਗਈਆਂ ਸਾਡੀਆਂ ਕਿਤਾਬਾਂ, ਸਾਹਿਤਕ ਕਿਰਨਾਂ ਨੇ, ਸਾਹਿਤਕ ਰੰਗ ਹੈ, ਭਾਗ 1 ਭਾਗ 2 ਇਹ ਕਿਤਾਬਾਂ ਆਈਆਂ ਨੇ, ਇਹਨਾਂ ਦੇ ਵਿੱਚੋਂ ਇਹ ਜਿਹੜਾ ਸਾਡਾ ਸਿੱਖ ਇਤਿਹਾਸ ਹੈ ਉਹ ਵੱਡੇ ਪੱਧਰ 'ਤੇ ਹਟਾ ਦਿੱਤਾ ਗਿਆ। ਅਤੇ ਇਹਦੇ ਪਿੱਛੇ ਤੁਸੀਂ ਹੁਣ ਦੇਖੋ ਜਿਹੜਾ ਤੁਸੀਂ ਹਰਿਆਣੇ ਦੇ ਇਤਿਹਾਸ ਦੀ ਗੱਲ ਕੀਤੀ, ਉਹਦੇ ਉੱਤੇ ਤੁਸੀਂ ਦੱਸਿਆ ਵੀ ਇੱਕ ਕਮੇਟੀ ਗਠਨ ਜਿਹਨਾਂ ਦਾ ਆਪਾਂ ਦੋਸ਼ੀ ਕਹਿ ਸਕਦੇ ਹਾਂ ਵੀ ਜਿਹਨਾਂ ਦੇ ਉੱਤੇ ਜਿਹਨਾਂ ਨੇ ਕੱਢਿਆ ਹੋਇਆ, ਤੁਸੀਂ ਸਰਕਾਰ ਤੱਕ ਪਹੁੰਚੋ ਉਹਨਾਂ ਲਈ ਇਤਰਾਜ਼। 8ਵੀਂ ਵਾਲੇ ਸਿਲੇਬਸ 'ਚ ਮੈਂ ਸਿੱਧਾ ਕਹਿ ਸਕਦਾ ਕਿ ਇਹਦੇ ਵਿੱਚ ਕੋਈ ਪੋਲੀਟੀਕਲ ਹਸਤਕਸ਼ੇਪ ਨਹੀਂ ਸੀ, ਇਹ ਕੇਵਲ ਸਾਡੇ ਅਧਿਆਪਕਾਂ ਦੀ ਗਲਤੀ ਸੀ। ਠੀਕ ਹੈ ਜੀ, ਔਰ ਬਿਨਾਂ ਕਿਸੇ ਗੱਲ ਤੋਂ ਕਿਸੇ ਨੂੰ ਭੰਡਣਾ ਠੀਕ ਨਹੀਂ। ਹਾਂ, ਇੱਕ ਗੱਲ ਹੈ ਕਿ ਕਹਿਣ ਨੂੰ ਕਹਿ ਦਿੰਦੇ ਭਾਜਪਾ ਦਾ ਦੋਸਤ ਸੀ, ਲੇਕਿਨ ਭਾਜਪਾ ਦਾ ਯੋਗਦਾਨ ਰਿਹਾ ਪਾਣ 'ਚ, ਕੱਢਿਆ ਕਿਸੇ ਨੇ, ਲੇਕਿਨ ਖੱਟਰ ਸਾਹਿਬ ਨੇ ਤੁਰੰਤ ਫੁਰਤੀ ਦੇ ਨਾਲ ਇਸ ਨੂੰ ਵਿੱਚ ਪਾਇਆ ਔਰ ਬਹੁਤ ਵੱਡੀ ਲਾਜ ਰੱਖੀ। ਠੀਕ ਹੈ, ਤੁਸੀਂ ਪਹਿਲਾਂ ਸਰਕਾਰੀ ਟੀਚਰ ਹੋਣ ਦੇ ਨਾਤੇ, ਸਰਕਾਰੀ ਕੰਮਾਂ ਦੇ ਵਿੱਚ ਪੜ੍ਹਨ ਦੇ ਨਾਤੇ ਇਸ ਨੂੰ ਵਾਪਸ ਲੈ ਆਏ, ਪਰ ਹੁਣ ਜਿਹੜੇ CBSE ਦੀ ਵੱਡੀ ਇੰਟਰਨੈਸ਼ਨਲ ਲੈਵਲ ਦੀ ਗੱਲ ਕਰ, ਇਹਦੇ ਉੱਤੇ ਕਿਉਂ ਨਹੀਂ ਕਾਰਵਾਈ ਹੋਈ? ਮੈਨੂੰ ਇੱਕ ਗੱਲ ਤਾਂ ਦੁੱਖ ਆ ਰਿਹਾ ਜੀ ਜੀ ਕਿ ਏਡੀ ਏਡੀਆਂ ਸੰਸਥਾਵਾਂ ਬੈਠੀ ਨੇ, SGPC ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ 90% ਸਕੂਲਾਂ ਦੇ ਵਿੱਚ CBSE ਦਾ ਸਿਲੇਬਸ ਆ, ਉਹਨਾਂ ਉੱਤੇ ਕੋਈ 90% ਹੈ ਜੀ, ਔਰ ਇਹ ਕਿਤਾਬਾਂ ਪਹਿਲਾਂ ਵੀ ਉਹ ਪੜ੍ਹਾ ਰਹੇ ਸੀ, ਹੁਣ ਇਹ ਪੜ੍ਹਾ ਰਹੇ ਆ, ਕਿ ਉਹਨਾਂ ਨੂੰ ਇਉਂ ਨਹੀਂ ਪਤਾ ਲੱਗਿਆ ਕਿ ਇਹਨਾਂ ਦੇ ਜੇ ਨਵਾਂ ਸਿਲੇਬਸ ਆਇਆ ਆਪਾਂ ਰਿਵਿਊ ਤਾਂ ਕਰਾਂਗੇ ਜੀ ਜੀ। ਆਪਾਂ ਨੇ ਇੱਕ ਨਵਾਂ ਮੋਬਾਈਲ ਵੀ ਖਰੀਦਿਆ ਹੈ, ਆਹ ਇੱਕ ਪੁਰਾਣਾ ਸੀ, ਆਪਾਂ ਨਵਾਂ ਲੈ ਲਿਆ, ਆਪਾਂ ਇਹ ਦੇਖਦੇ ਹਾਂ ਕਿ ਫੀਚਰ ਫਾਲਤੂ ਆਏ ਕਿ ਨਹੀਂ ਆਏ ਕਿ ਨਹੀਂ ਆਏ, ਜੇ ਨਹੀਂ ਆਏ ਤਾਂ ਫਿਰ ਖਰੀਦਣ ਦਾ ਕੀ ਫਾਇਦਾ ਹੋਇਆ, ਜੇ ਇਹ 'ਚ ਘੱਟ ਹੀ ਜਾਂਦੇ ਉਹਨੂੰ ਲੈਣ ਦਾ ਕੀ ਫਾਇਦਾ। ਠੀਕ ਹੈ, ਆਹ ਇਹਦੇ ਵਿੱਚੋਂ ਤਾਂ ਫੀਚਰ ਸਾਰੇ ਖਤਮ ਕਰਤੇ, ਔਰ SGPC ਨੂੰ ਹਾਲੇ ਤੱਕ ਇਹ ਚੇਤੇ ਨਹੀਂ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਨੇ ਜਾਂ ਸੰਸਥਾਵਾਂ ਨੇ, ਇੱਕ ਕਿਉਂ ਖੜਾ ਹੁੰਦਾ ਉਹਨਾਂ ਦੇ ਦਿਮਾਗ ਦੇ ਉੱਪਰ ਕਿ ਜਦ ਨਵਾਂ ਸਿਲੇਬਸ ਆਇਆ ਤਾਂ ਉਹਨਾਂ ਨੇ ਇਸ ਗੱਲ ਦੇ ਉੱਪਰ ਕਿਉਂ ਨਹੀਂ ਇਤਰਾਜ਼ ਕਰਿਆ ਕਿ ਗੁਰੂ ਅਰਜਨ ਦੇਵ ਜੀ ਹਟਾਤੇ ਆ, ਭਾਈ ਗੁਰਦਾਸ ਜੀ ਹਟਾਤੇ, ਗੁਰੂ ਤੇਗ ਬਹਾਦਰ ਸਾਹਿਬ ਹਟਾਤੇ, ਸਰਦਾਰ ਹਰੀ ਸਿੰਘ ਨਲਵਾ ਹਟਾਤਾ, ਬਾਬਾ ਗੁਰਦੇਵ ਸਿੰਘ ਕਾਮਾ ਗਾਟਾ ਮਾਰੂ ਹਟਾਤਾ, ਕੀ ਉਹਨਾਂ ਦਾ ਬੋਲਣਾ ਨਹੀਂ ਬਣਦਾ? ਜੇ ਆਪਾਂ ਗੱਲ ਕਰੀਏ SGPC ਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਿੱਚ ਰਹਿ ਰਹੇ ਨੇ ਬੱਚੇ, ਜਾਂ ਤਾਂ ਫਿਰ ਉਹਨਾਂ ਦੇ ਪੰਜਾਬੀ ਪੜ੍ਹਦੇ ਨਹੀਂ ਹੋਣਗੇ,
ਜੇ ਪੜ੍ਹਦੇ ਨੇ ਤੇ ਜੇ ਪੜ੍ਹਦੇ ਨੇ ਫਿਰ ਉਹ ਚੀਜ਼ ਅਣਗੋਲੇ ਕਿਉਂ ਨੇ? ਇੱਕ ਪੌੜੀ ਮਿਲ ਗਈ ਤੇ ਚੜ ਗਿਆ ਮੈਂ ਜੀ ਜੀ। ਮੈਂ ਪਹਿਲਾਂ ਪ੍ਰਯਾਸ ਕਰੇ ਸੀ ਮਨਜੀਤ ਸਿੰਘ ਚਾਵਲਾ ਜੀ ਜੀ, ਜੋ ਐਸ ਜੀ ਪੀ ਸੀ ਦੇ ਸਕੱਤਰ ਵੀ ਨੇ ਜੀ ਜੀ, ਉਹਨਾਂ ਨੂੰ ਭਬੋਰ ਸਾਹਿਬ ਗੁਰਦੁਆਰੇ ਚ ਨੰਗਲ ਡੈਮ ਚ ਮਿਲਿਆ ਮੈਂ ਜਾ ਕੇ। ਤੁਸੀਂ ਉੱਥੇ ਪਹੁੰਚ ਕੀਤੀ ਇਸ ਮੈਟਰ ਨੂੰ ਲੈ ਕੇ ਪਹਿਲਾਂ? ਇਸ ਮੈਟਰ ਮੈਂ ਪਹਿਲਾਂ ਪਰ ਮੈਂ ਉਹਨੂੰ ਬੋਲਿਆ ਜੀ ਮੈਂ ਆਹ ਨੁਕਸਾਨ ਹੋ ਰਿਹਾ ਆਪਦੀ ਭਾਈਵਾਲ ਸਰਕਾਰ ਦਿੱਲੀ ਚ ਹੈ, ਕਿਉਂਕਿ ਆਪ ਭਾਜਪਾ ਦਾ ਇੱਕ ਗਰੁੱਪ ਹੋ, ਆਪ ਦੀ ਸਰਕਾਰ ਸੈਂਟਰ ਚ ਹੈ, ਆਪ ਇਹਦੇ ਉੱਪਰ ਸਾਡੀ ਇਹਦੇ ਵਿੱਚ ਆਪ ਐਕਸ਼ਨ ਲਓ। ਜਦਕਿ ਉਹਨਾਂ ਵੱਲੋਂ ਕੋਈ ਹੰਗੂਰਾ ਸੰਤੋਸ਼ਜਨਕ ਨਹੀਂ ਮਿਲਿਆ, ਨਹੀਂ ਮਿਲਿਆ, ਇਹ ਦੁੱਖ ਦੀ ਗੱਲ ਹੈ। ਅੱਛਾ, ਅਕਾਲ ਅਕੈਡਮੀ ਦੇ ਸਕੂਲਾਂ 'ਚ ਮੈਂ ਗਿਆ ਹੁਣ ਬੜੂ ਸਾਹਿਬ ਵਾਲਿਆਂ ਦੇ, ਮੈਂ ਦੇਖਾਂ ਜਾ ਕੇ ਮੈਂ ਵੀ ਕਦੇ ਮੇਰੇ ਕੋਲੋਂ ਕੋਈ ਗਲਤੀ ਹੋ ਰਹੀ ਹੋਵੇ, ਉਹਦੇ ਸਿਲੇਬਸ 'ਚ ਨਾ ਇਹ ਚੇਂਜ ਹੋਇਆ ਹੋਵੇ। ਮੈਂ ਉਹਦੇ ਟੀਚਰ ਜੀ ਨੂੰ ਮਿਲਿਆ ਜਾ ਕੇ, ਉਹਨਾਂ ਨੂੰ ਕਿਹਾ ਮੈਂ ਵੀ ਕੀ ਤੁਹਾਡੇ ਕੋਲ ਪਹਿਲਾਂ ਇਹ 4 ਕਿਤਾਬਾਂ ਸੀ ਜੀ ਜੀ? ਹਾਂਜੀ ਇਹੀ ਸੀ। ਹੁਣ ਕੀ ਹੁਣ ਤੁਸੀਂ ਵੀ ਇਹੀ ਪੜ੍ਹਾ ਰਹੇ ਹੋ? ਹਾਂਜੀ। ਕੀ ਇਹਨੇ ਚਿਰ ਜੀ ਤੁਹਾਨੂੰ ਕੋਈ ਫਰਕ ਨਹੀਂ ਨਜ਼ਰ ਆਇਆ? ਹਾਂਜੀ ਨਾ ਜੀ, ਕਮਾਲ ਦੀ ਗੱਲ। ਜਦੋਂ ਤੁਸੀਂ ਪ੍ਰੈਕਟੀਕਲੀ ਦਿਖਾਇਆ ਫਿਰ? ਮੈਂ ਦਿਖਾਇਆ ਪ੍ਰੈਕਟੀਕਲ, ਮੈਂ ਦੇਖੋ ਨਹੀਂ ਵੀ ਸਾਨੂੰ ਜਿਹੜਾ ਉੱਪਰ ਆਦੇਸ਼ ਆਉਂਦਾ, ਨਹੀਂ ਟੀਚਰ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ। ਮਤਲਬ ਮੰਨ ਲਓ ਆਪਾਂ ਸਿੱਧਾ ਸਰਕਾਰਾਂ ਨੂੰ ਦੋਸ਼ ਦਈਏ ਜੀ, ਆਪਾਂ ਕਹਿ ਦਈਏ ਭਾਜਪਾ ਸਰਕਾਰ ਨੇ ਆਹ ਨੁਕਸਾਨ ਕਰਤਾ, ਜੇ ਸਰਕਾਰ ਦੇ ਆਪਾਂ ਧਿਆਨ 'ਚ ਲਿਆਈਏ ਨਹੀਂ ਲਿਆਵਾਂਗੇ। ਕਈ ਵਾਰੀ ਸਰਕਾਰਾਂ ਸਾਰੀਆਂ ਗੱਲਾਂ ਦਾ ਸਾਰਿਆਂ ਨੂੰ ਨਹੀਂ ਪਤਾ ਲੱਗਦਾ ਜੀ। ਹੁਣ ਖੱਟਰ ਸਾਹਿਬ ਦੇ ਅਸੀਂ ਧਿਆਨ 'ਚ ਲਿਆਏ, ਉਹਨਾਂ ਨੇ ਤੁਰੰਤ ਕਾਰਵਾਈ ਕਰਤੀ ਜੀ ਜੀ। ਇਹਦਾ ਮਤਲਬ ਜੇ ਧਿਆਨ 'ਚ ਨਹੀਂ ਲਿਆਉਂਦਾ ਅਸੀਂ ਵੀ ਕਿਤੇ ਨਾ ਕਿਤੇ ਦੋਸ਼ੀ ਹਾਂ। ਐਡੇ ਵੱਡੇ ਲੈਵਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਸਰਦਾਰ ਲੈਫਟੈਂਟ ਸਿੰਘ ਜੀ, ਪੰਜਾਬੀ ਪੜ੍ਹਾਈ ਜਾਂਦੀ ਹੈ, ਬਹੁਤ ਸਾਰੇ ਟੀਚਰਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਚੀਜ਼ ਘਟੀ ਹੈ, ਪਰ ਇਹਦੇ ਉੱਤੇ ਐਕਸ਼ਨ ਕਿਉਂ? ਉਹ ਆਪਣੇ ਪ੍ਰਿੰਸੀਪਲ ਤੱਕ ਅਪਰੋਚ ਕਰਨ ਸਾਰੇ, ਜੇ ਕੋਈ ਬਿਲਕੁਲ ਜੇ ਕਰਨ ਫਿਰ ਤਾਂ ਦਿੱਕਤ ਕੁਛ ਨਹੀਂ। ਇਹਦਾ ਕਹਿਣ ਤੋਂ ਭਾਵ ਵੀ ਉਹ ਆਪਣਾ ਫਰਜ਼ ਪੂਰਾ ਕਰਦੇ, ਅਸੀਂ ਦੂਜਿਆਂ ਸਿਰ ਦੋਸ਼ ਮੜ ਦਿੰਨੇ ਆ ਜਿਹੜੇ ਦੋਸ਼ੀ ਵੀ ਨਹੀਂ। ਜ਼ਿਆਦਾ ਇਹ ਹੋ ਸਕਦਾ ਵੀ ਜਿਹੜੇ ਆਪਣਾ ਆਪਣਾ ਸਕੂਲੇ ਆ ਉਹ ਤਨਖਾਹ ਮਿਲ ਰਹੀ ਹੈ ਮਹੀਨੇ ਬਾਅਦ ਮਾੜਾ ਮੋਟਾ ਪੜ੍ਹਾ ਕੇ, ਇਹ ਤਾਂ ਫੋਰਮੈਲਿਟੀ, ਇਕੱਲੀ ਇਕੱਲੀ ਤਨਖਾਹ ਦੀ ਗੱਲ ਹੁੰਦੀ ਹੈ, ਅਸੀਂ ਬੱਚਿਆਂ ਦਾ ਵਿਕਾਸ ਕਰਨਾ, ਉਹਨਾਂ ਦੇ ਵਿੱਚ ਡਾਊਨਲੋਡ ਕਰਨਾ, ਉਹਨਾਂ ਨੂੰ ਉਹਨਾਂ ਦੇ ਵਿੱਚ ਇਨਸਾਨੀਅਤ ਪੈਦਾ ਕਰਨੀ ਹੈ, ਤਾਂ ਕਿ ਉਸ ਉਹਨਾਂ ਦੇ ਵਿੱਚ ਆ ਸਕੇ ਕਿ ਮਾਨਸਿਕ ਜਾਤ ਸਭ ਇੱਕ ਹੈ ਪਹਿਚਾਣ ਜੀ। ਜਦ ਆਪਾਂ ਉਹਨਾਂ ਦੇ ਵਿੱਚ ਡਾਊਨਲੋਡ ਨਹੀਂ ਕਰਾਂਗੇ, ਅਸੀਂ ਵੀ ਇੱਕ ਭ੍ਰਿਸ਼ਟਾਚਾਰ ਕਰ ਰਹੇ ਹਾਂ, ਅਸੀਂ ਪੈਸੇ ਲੈ ਰਹੇ ਹਾਂ, ਸਰਕਾਰ ਸਾਨੂੰ ਖੁੱਲ੍ਹੀਆਂ ਤਨਖਾਹਾਂ ਦੇ ਰਹੀ ਹੈ, ਜੇ ਅਸੀਂ ਬੱਚਿਆਂ ਦੇ ਵਿੱਚ ਮੋਰਲ ਕਰੈਕਟਰ ਨਹੀਂ ਪੈਦਾ ਕਰ ਸਕਦੇ, ਉਹਦੇ ਵਿੱਚ ਕੌਮੀ ਕਰੈਕਟਰ ਨਹੀਂ ਪੈਦਾ ਕਰ ਸਕਦੇ, ਉਹਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਨਹੀਂ ਪੈਦਾ ਕਰ ਸਕਦੇ, ਉਸ ਪੜ੍ਹਾਈ ਦਾ ਫਾਇਦਾ ਕੀ ਹੋਇਆ? ਸਹੀ ਗੱਲ ਹੈ। ਔਰ ਉਹ ਵਿੱਚੋਂ ਅਸੀਂ ਕੱਢਤੇ, ਔਰ ਇਹ ਕਿਸੇ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਜ਼ਿਸ਼ ਹੋਊਗੀ ਹਰਿਆਣੇ ਵਾਲੇ ਵਾਂਗ। ਹੁਣ ਆਪਾਂ ਗੱਲ ਕਰਦੇ 8ਵੀਂ ਦੀ, ਜਿਹੜੀ ਤੁਸੀਂ ਮੁੜ 2018 ਦੇ ਵਿੱਚ ਜਿਹੜੀ ਨਵੀਂ ਬੁੱਕ ਸਥਾਪਿਤ ਹੋਈ ਹੈ ਉਹਦੇ 'ਚ ਤੁਸੀਂ ਕਾਮਯਾਬ ਰਹੇ ਹੋ, ਗੁਰੂ ਤੇਗ ਬਹਾਦਰ। ਮੈਂ ਤਾਂ ਇਹ ਕਹਿੰਦਾ ਕਿ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ, ਮੈਂ ਕੁਛ ਨਹੀਂ ਸੀ ਕਾਮਯਾਬ ਹੋਣ ਵਾਲਾ, ਮੈਂ ਇਕੱਲੇ ਨੇ ਝੰਡਾ ਚੱਕਿਆ ਸੀ, ਅਤੇ ਉਸ ਤੋਂ ਬਾਅਦ ਬਹੁਤ ਸੱਜਣਾਂ ਦਾ ਸਹਿਯੋਗ ਮਿਲਿਆ। ਮੈਂ ਸਭ ਦਾ ਬਹੁਤ ਧੰਨਵਾਦੀ ਹਾਂ, ਮੀਡੀਆ ਦਾ ਵੀ ਧੰਨਵਾਦੀ ਹਾਂ, ਅਖਬਾਰਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਮੇਂ ਸਮੇਂ ਸਿਰ ਆਵਾਜ਼ ਚੁੱਕੀ, ਔਰ ਜਿਹੜੇ ਵੀ ਸੱਜਣਾਂ ਮਾਨਵਤਾ ਪ੍ਰੇਮੀਆਂ ਨੇ ਇਸ ਦੇ ਵਿੱਚ ਯੋਗਦਾਨ ਪਾਇਆ। ਇਹ ਤਾਂ ਤੁਸੀਂ ਆਪਣੇ ਲੈਵਲ ਦੇ ਕਾਮਯਾਬ ਹੋ ਗਏ, ਚਲੋ ਛੋਟੀ ਮੁਹਿੰਮ ਸੀ, ਛੋਟੇ ਲੈਵਲ ਤੋਂ ਸ਼ੁਰੂ ਹੋਏ, ਮੁਹਿੰਮ ਤਾਂ ਬਹੁਤ ਵੱਡੀ ਸੀ, ਮੁਹਿੰਮ ਤਾਂ ਬਹੁਤ ਵੱਡੀ ਸੀ, ਲੇਕਿਨ ਮੈਨੂੰ ਥੋੜ੍ਹਾ ਜਿਹਾ ਇਹ ਵੀ ਬੰਦੇ ਵਧੀਆ ਟੱਕਰ ਗਏ ਤਾਂ ਉਹਨਾਂ ਨੇ ਮੈਨੂੰ ਇੱਕਦਮ ਉੱਥੇ ਤੱਕ ਲਾਤਾ। ਉਹ ਤੁਸੀਂ ਕਾਮਯਾਬ ਖੁਸ਼ੀ, ਪਰ ਜਦੋਂ ਇੱਕ ਦੁੱਖ ਹੋਰ ਆਉਂਦਾ, ਤੁਸੀਂ ਇੱਕ ਚੀਜ਼ ਹੋਰ ਸਾਡੇ ਸਾਹਮਣੇ ਲੈ ਕੇ ਰੱਖਦੀ, CBSE ਦੇ ਸਿਲੇਬਸਾਂ ਵਿੱਚ ਵੀ ਬਹੁਤ ਤਕੜਾ ਬਦਲਾਅ ਹੋ ਗਿਆ। ਬਿਲਕੁਲ, ਬਹੁਤ ਖਤਰਨਾਕ, ਪਰ ਇਹ ਇੰਨਾ ਖਤਰਨਾਕ ਹੈ, ਉਹ ਤਾਂ ਇਕੱਲੇ ਹਰਿਆਣੇ 'ਚ ਸੀ ਜੀ, ਇਹ ਪੂਰੇ ਇੰਡੀਆ 'ਚ ਹੋਇਆ। CBSE ਜਾਣਾ ਕਿ ਸਾਰੇ ਬੰਨੇ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਬੱਚਾ ਪੰਜਾਬੀ ਪੜ੍ਹਦਾ ਸੀ ਉੱਥੇ ਗੁਰੂ ਸਾਹਿਬਾਂ ਨੂੰ ਇਹਨਾਂ ਸ਼ਹੀਦਾਂ ਨੂੰ ਪੜ੍ਹਦਾ ਸੀ, ਸਰਦਾਰ ਹਰੀ ਸਿੰਘ ਨਾਲ ਨੂੰ ਪੜ੍ਹਦਾ ਸੀ, ਬਾਬਾ ਗੁਰਦੀਪ ਸਿੰਘ ਕਾਮਾ ਗਾਟਾ ਮਾਰਿਆਂ ਨੂੰ ਪੜ੍ਹਦਾ ਸੀ, ਬਾਬਾ ਰਾਮ ਸਿੰਘ ਕੂਕੇ ਨੂੰ ਪੜ੍ਹਦਾ ਸੀ ਜੀ। ਲੇਕਿਨ ਹੁਣ ਪੰਜਾਬੀ ਪੜ੍ਹਨ ਵਾਲਾ ਬੱਚਾ ਵੀ ਪੂਰੇ ਇੰਡੀਆ 'ਚ ਇਹ ਨਹੀਂ ਪੜ੍ਹੇਗਾ ਤਾਂ ਕੀ ਪੜ੍ਹੇਗਾ ਪੰਜਾਬੀ 'ਚ? ਔਰ ਸਭ ਤੋਂ ਵੱਡੀ ਗੱਲ ਇਹੀ ਸਿਲੇਬਸ ਆਲ ਓਵਰ ਇੰਡੀਆ ਦੇ ਸਕੂਲਾਂ ਵਿੱਚ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ ਉਹਦੇ ਵਿੱਚ ਪਹੁੰਚਿਆ। ਬਿਲਕੁਲ, ਤੇ ਆਲ ਓਵਰ ਵਿੱਚ ਜਿੰਨੇ ਵੀ ਟੀਚਰ ਨੇ, ਅਸੀਂ ਸੈਂਟਰਲ CBSE ਦੀ, ਇਹ CBSE ਦੀ ਹੈ, ਇਹਦੇ 'ਚ ਆਪਾਂ ਕੁਛ ਕਹਿ ਨਹੀਂ ਸਕਦੇ, ਸੈਂਟਰਲ ਬੋਰਡ ਦੀ ਇਹ ਹੈ, ਪੁਰਾਣੀ ਸੈਂਟਰਲ ਬੋਰਡ ਦੀ ਹੈ, ਇਹਨਾਂ ਵਿੱਚ ਨਹੀਂ ਹੈ। ਉਹੀ ਤੇ ਤੁਹਾਡੀ ਅਸੀਂ ਗੱਲ ਐਗਰੀ ਕਰਕੇ ਕਿ ਬਹੁਤ ਸਾਰੇ ਸਥਾਨ ਜਿਹੜੇ ਕੋਈ ਕਾਰ ਸੇਵਾ ਵੱਲੋਂ, ਕੋਈ ਸਕੂਲਾਂ ਵੱਲੋਂ, ਡੇਰਾ ਵੱਲੋਂ ਜਿਵੇਂ ਚਲਾਏ ਗਏ ਉਹਨਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ। ਮੈਂ ਅਕਾਲ ਅਕੈਡਮੀ 'ਚ ਗਿਆ ਜੀ, ਉੱਥੇ ਜਾ ਕੇ ਮੈਂ ਕਿਹਾ ਵੀ ਅਕਾਲ ਅਕੈਡਮੀ ਦਾ ਮਕਸਦ ਹੀ ਇੱਕ ਹੈ ਜੀ, ਕੁਆਲਿਟੀ ਐਜੂਕੇਸ਼ਨ ਦੇਣਾ, ਸਿੱਖ ਇਤਿਹਾਸ ਨੂੰ ਘਰ ਘਰ ਤੱਕ ਪਹੁੰਚਾਉਣਾ, ਇਹ ਅਕੈਡਮੀ ਬਣੀ ਇਸ ਵਾਸਤੇ ਸੀ। ਪਰ ਲੇਕਿਨ ਦੁੱਖ ਦੀ ਗੱਲ ਹੈ ਕਿ ਅਕਾਲ ਅਕੈਡਮੀ ਨੇ ਵੀ ਇਹਦੇ ਬਾਰੇ ਕੋਈ ਆਵਾਜ਼ ਨਹੀਂ ਉਠਾਈ।
ਤੁਸੀਂ ਟੀਚਰਾਂ ਤੋਂ ਬਾਅਦ ਕੋਈ ਮੇਨ ਉਹਨਾਂ ਬੰਦਿਆਂ ਤੱਕ ਨਹੀਂ ਪਹੁੰਚੇ ਜੋ ਅਕਾਲ ਅਕੈਡਮੀ ਨੂੰ ਚਲਾਉਂਦੇ ਰਨ ਕਰਦੇ ਵੀ ਇਹ ਚੀਜ਼ ਆਹ ਚੀਜ਼ ਹੈ ਤੁਸੀਂ ਕਿਉਂ ਨਹੀਂ ਮੈਂ ਝੂਠ ਨਹੀਂ ਕਹਾਂਗਾ ਮੈਂ ਹਾਲੇ ਤੱਕ ਉਹਨਾਂ ਤੱਕ ਨਹੀਂ ਪਹੁੰਚਿਆ ਲੇਕਿਨ ਮੈਂ ਪਹੁੰਚਾਂਗਾ ਕਿਉਂਕਿ ਪਹਿਲਾਂ ਮੇਰਾ 8ਵੀਂ ਦੇ ਫੋਕਸ ਸੀ ਉਹ ਤੁਸੀਂ ਮੈਂ 8ਵੀਂ ਦਾ ਅਸੀਂ ਜਿੱਤ ਗਏ ਹਾਂ ਅਤੇ ਫਿਰ ਵਿੱਚ ਸਕੂਲ ਦੇ ਕੰਮ ਵੀ ਬਹੁਤ ਹੁੰਦੇ ਆ ਹੁਣ ਛੁੱਟੀਆਂ ਨੇ ਮੇਰੀਆਂ 1 ਤਰੀਕ ਤੋਂ ਅੱਜ ਪਹਿਲੇ ਦਿਨ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੇਰੀ ਛੁੱਟੀ ਸਾਰਥਕ ਹੋ ਰਹੀ ਹੈ ਕਿ ਮੈਂ ਮੇਰੇ ਵਿਸ਼ੇ ਨੂੰ ਮੇਰੇ ਵਿਸ਼ੇ ਦੇ ਉੱਪਰ ਗੱਲ ਕਰਨ ਦਾ ਮੈਨੂੰ ਮੌਕਾ ਮਿਲਿਆ ਮੈਂ ਆਪਣੀ ਗੱਲ ਇਹ ਸਾਰੇ ਮਾਨਵਤਾ ਪ੍ਰੇਮੀਆਂ ਕੋਲ ਪਹੁੰਚਾਉਣਾ ਚਾਹੁੰਦਾ ਤੁਹਾਡੇ ਅੱਜ ਇਹ ਆਵਾਜ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚ 106 ਮੁਲਕਾਂ ਦੇ ਵਿੱਚ ਅੱਛਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਯੋਗਦਾਨ ਵਿੱਚ ਰਿਹਾ ਠੀਕ ਹੈ ਜੀ ਮਨਜੀਤ ਸਿੰਘ ਜੀਕੇ ਹੈ ਉਹਨਾਂ ਨੇ ਇਸ ਸੰਬੰਧੀ ਬਿਆਨ ਵੀ ਜਾਰੀ ਕੀਤੇ ਔਰ ਮੈਂ ਜੀਕੇ ਸਾਹਿਬ ਨੂੰ ਵੀ ਇਹ ਗੱਲ ਕਹਿਣਾ ਚਾਹਾਂਗਾ ਕਿ ਆਹ CBSE ਵਾਲਾ ਤੁਸੀਂ ਆਪ ਉਹ ਬਹੁਤ ਹਿੰਮਤੀ ਨੇ ਜੀਕੇ ਜਿਹੜੇ ਮਨਜੀਤ ਸਿੰਘ ਜੀਕੇ ਹੈ ਮੇਰੀ ਕੋਸ਼ਿਸ਼ ਹੈ ਕਿ ਇਹਨਾਂ ਛੁੱਟੀਆਂ ਦੇ ਵਿੱਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦਿੱਲੀ ਕਮੇਟੀ ਉਹਨੂੰ ਮਿਲਾਂਗਾ ਇਹੀ ਹੋ ਸਕਦਾ ਵੀ ਆਉਣ ਵਾਲੇ ਅਗਲੇ ਸਾਲ ਤੱਕ ਕੀ ਪਤਾ ਜਿਹੜੀਆਂ ਚੀਜ਼ਾਂ CBSE ਵਿੱਚ ਨਿਕਲ ਗਈਆਂ ਨੇ ਮੁੜ ਫਿਰ ਉਹ ਆ ਜਾਣ ਬਿਲਕੁਲ ਆਪ ਕਰਕੇ ਸੱਜਣਾ ਦੇਖੋ ਬਹੁਤ ਵੱਡਾ ਕੰਮ ਹੈ ਛੋਟਾ ਕੰਮ ਨਹੀਂ ਹੈ ਛੋਟਾ ਕੰਮ ਲਫਟੈਨ ਸਿੰਘ ਬਹੁਤ ਛੋਟਾ ਹੈ ਕੰਮ ਬਹੁਤ ਵੱਡਾ ਹੈ ਸਹੀ ਗੱਲ ਮੈਂ ਮੇਰੀ ਇੰਨੀ ਔਕਾਤ ਨਹੀਂ ਉਸ ਦਾਤੇ ਦੀ ਕਿਰਪਾ ਆਪ ਵਰਗੇ ਮਿੱਤਰਾਂ ਦਾ ਸਹਿਯੋਗ ਮੈਨੂੰ ਯਕੀਨ ਹੈ ਕਿ ਮੈਂ ਜਿੱਤਾਂਗਾ ਹੁਣ ਫਿਰ ਕਿਆ ਬਾਤ ਹੈ ਅਤੇ ਬੜਾ ਵਧੀਆ ਲੱਗਿਆ ਸਰਦਾਰ ਲਫਟੈਨ ਸਿੰਘ ਉਹਨਾਂ ਨਾਲ ਅੱਜ ਸਾਰੀ ਪੰਜਾਬੀ ਜਿਹੜੀ ਗੱਲਬਾਤ ਕਿਉਂਕਿ ਅਸੀਂ ਖੁਦ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹੀਏ ਜਿਵੇਂ ਇਤਿਹਾਸ ਦੀ ਗੱਲ ਕੀਤੀ ਬਾਬਾ ਗੁਰਦੀਪ ਸਿੰਘ ਕਾਮਾ ਗਾਟਾ ਮਾਰੂ ਜਹਾਜ ਜੇ ਅਸੀਂ ਉਹਨਾਂ ਚੀਜ਼ਾਂ ਬਾਬਾ ਰਾਜ ਸਿੰਘ ਕੋਕਾ ਹਾਂਜੀ ਜਿਹੜੀ ਚੀਜ਼ਾਂ ਨੂੰ ਅਸੀਂ ਇਹਨਾਂ ਨੂੰ ਪੜ੍ਹਿਆ ਤਾਂ ਹੀ ਅੱਜ ਸਾਡੇ ਜਹਿਨ ਦੇ ਵਿੱਚ ਨੇ ਜੇ ਉਹ ਹੋਣਗੇ ਇਹਨਾਂ ਤਾਂ ਅਸੀਂ ਪੜ੍ਹਾਂਗੇ ਤੁਹਾਡੇ ਆਉਣ ਵਾਲੇ ਭਵਿੱਖ ਦੇ ਵਿੱਚ ਉਹ ਜਹਿਨ ਵਿੱਚ ਕਿਵੇਂ ਹੋਣਗੀਆਂ ਉਹਨਾਂ ਦੇ ਮਨਾਂ ਵਿੱਚ ਕਿਵੇਂ ਹੋਣਗੀਆਂ ਅਤੇ ਸਾਨੂੰ ਵੀ ਅੱਜ ਇੱਥੇ ਬੈਠੇ ਬੜਾ ਦੁੱਖ ਲੱਗਿਆ ਕਿ CBSE ਵੱਲੋਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਅੱਜ ਅੱਖੀ ਦੇਖਿਆ ਕਿ ਜਿਹੜਾ ਉਹਨਾਂ ਨੇ ਪ੍ਰਤੱਖ ਦਿਖਾ ਦਿੱਤਾ ਕਿ ਇਹ ਦੇਖੋ ਜੀ ਪ੍ਰੈਕਟੀਕਲੀ ਵੀ ਇਸ ਕਿਤਾਬਾਂ ਵਿੱਚ ਹੈ ਸੀ ਆਉਣ ਵਾਲੇ 'ਚ ਨਹੀਂ ਹੈਗਾ ਇਹ ਕਿਤੇ ਵੀ ਦੇਖ ਸਕਦੇ ਆ ਕਿਸੇ ਵੀ ਸਕੂਲ 'ਚ ਦੇਖੋ ਮੇਰੇ ਕੋਲ ਜ਼ਰੂਰੀ ਨਹੀਂ ਜੀ ਜੀ CBSE ਦਾ ਕੋਈ ਵੀ ਸਕੂਲ ਹੈ ਉੱਥੇ ਜਾਓ ਉਹਨਾਂ ਨੂੰ ਕਹੋ 2016 'ਚ ਕਿਹੜੀ ਕਿਤਾਬ ਪੜ੍ਹਾ ਰਹੇ ਸੀ ਤੁਸੀਂ ਅਤੇ ਹੁਣ ਕਿਹੜੀ ਹੈ ਬਰਾਬਰ ਧਰ ਕੇ ਦੇਖ ਲਓ ਆ ਗਿਆ ਹੋਊਗਾ ਕਲੀਅਰ ਪੂਰੇ ਇੰਡੀਆ 'ਚ ਕਿਤੇ ਬੈਠ ਕੇ ਚੈੱਕ ਕਰ ਸਕਦੇ ਲਫਟੈਨ ਦੀਆਂ ਲਫਟੈਨ ਸਿੰਘ ਦੀਆਂ ਕਿਤਾਬਾਂ ਚੈੱਕ ਕਰਨ ਦੀ ਲੋੜ ਨਹੀਂ ਬਿਲਕੁਲ ਬਹੁਤ ਹੀ ਜ਼ਿਆਦਾ ਮਤਲਬ ਵੀ ਪ੍ਰੈਕਟੀਕਲੀ CBSE ਦੀ ਬੁੱਕਾਂ ਲੈ ਕੇ ਦੱਸਦੇ ਤੁਸੀਂ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਇੱਕ ਆਪਣੇ ਨਿੱਜੀ ਜੀਵਨ ਦੇ ਵਿੱਚ ਆਪਣੇ ਕੰਮਾਂ ਕਾਰਾਂ ਤੋਂ ਅਲੱਗ ਇਸ ਚੀਜ਼ ਦੇ ਨਾਲ ਜੁੜੇ ਹੋਏ ਹੋ ਵੀ ਤੁਸੀਂ ਇੱਕ ਪੰਜਾਬੀ ਇਤਿਹਾਸ ਨੂੰ ਬਰਕਰਾਰ ਰੱਖਣ ਵਾਸਤੇ ਇਹਨਾਂ ਨੂੰ ਕਾਇਮ ਰੱਖਣ ਵਾਸਤੇ ਬੱਚਿਆਂ ਤੱਕ ਭਵਿੱਖ ਨਾ ਵਿਗੜ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਨਾਲ ਜੁੜੇ ਰਹਿਣ ਬੜੇ ਹੀ ਵਧੀਆ ਤੁਸੀਂ ਉਪਰਾਲਾ ਕੀਤਾ ਅਤੇ ਉਮੀਦ ਕਰਨੀ ਵੀ ਅੱਜ ਅਕਾਲ ਚਾਲਾ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਆਪ ਜੀ ਦੇ ਰਾਹੀਂ ਇਹ ਚੀਜ਼ ਦਾ ਪਤਾ ਲੱਗਿਆ ਚੈਨਲ ਦਾ ਵੀ ਵੱਡੇ ਲੈਵਲ ਤੇ ਖੁਲਾਸਾ ਹੋਇਆ ਬਿਲਕੁਲ ਬਿਲਕੁਲ ਚੈਨਲ ਦਾ ਵੀ ਬਹੁਤ ਬਹੁਤ ਸ਼ੁਕਰੀਆ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਚਤ ਬਸਦੇ ਸਿੱਖ ਵੀਰਾਂ ਦਾ ਮਾਨਵਤਾ ਪ੍ਰੇਮੀਆਂ ਦਾ ਸਮੂਹ ਪੰਜਾਬੀਆਂ ਦਾ ਮੈਂ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਅਜਿਹੇ ਸੁਚੇਤ ਰਹਿਣਾ ਪਊਗਾ ਕਿ ਸਾਡੇ ਇਤਿਹਾਸ ਨਾਲ ਕੋਈ ਕੁਤਾਹੀ ਨਾ ਕਰੇ ਔਰ ਜੋ ਵੀ ਸਾਡੇ ਇਤਿਹਾਸ ਨਾਲ ਛੇੜਛਾੜ ਕਰਦਾ ਉਹਦੇ ਲਈ ਸਖ਼ਤ ਸਜ਼ਾ ਦਾ ਪ੍ਰਾਵਧਾਨ ਹੋ ਗਿਆ ਵਾ ਅਤੇ ਅਸੀਂ ਤੁਹਾਡੇ ਅਕਾਲ ਚਾਲਾਂ ਦੇ ਰਾਹੀਂ ਦੱਸਦੇ ਹਾਂ ਕਿ ਜਦੋਂ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਸਿੱਖ ਇਤਿਹਾਸ ਨੂੰ ਲੈ ਕੇ ਸਿੱਖ ਅਤੇ ਅਕਾਲ ਚਾਲਾਂ ਤੁਹਾਡੇ ਨਾਲ ਹਮੇਸ਼ਾ ਖੜਿਆ ਤੁਸੀਂ ਅਕਾਲ ਚਾਲਾਂ ਦੇ ਰਾਹੀਂ ਆ ਕੇ ਸੰਗਤਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕਦੇ ਹੋ ਅਤੇ ਅੱਜ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਅੱਜ ਗਰਮੀ ਇੰਨੀ ਹੈ 45 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਵੀ ਟਾਈਮ ਕੱਢ ਕੇ ਇੱਥੇ ਪਹੁੰਚੇ ਹੋ ਸਿਰਫ ਪੰਜਾਬੀਅਤ ਨਾਲ ਅੱਜ ਤਾਂ ਜਿਹੜਾ ਇਹ ਮਹੀਨਾ ਸਾਡੇ ਲਈ ਇੰਨਾ ਗਰਮੀ ਵਾਲਾ ਨਹੀਂ ਹੁੰਦਾ ਕਿਉਂਕਿ ਇਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਾ ਦਿਹਾੜਾ ਜੀ ਜੀ ਔਰ ਇਹਦੇ ਵਿੱਚ ਅਸੀਂ ਬਹੁਤ ਕੁਛ ਸਿਹਾ ਹੈ ਕਿਆ ਬਾਤ 84 ਵੀ ਅਸੀਂ ਇਸ 'ਚ ਦੇਖਿਆ ਇਹ ਸਾਡੇ ਲਈ ਇੱਕ ਪੇਨਫੁਲ ਤਾਂ ਹੈ ਲੇਕਿਨ ਗਰਮੀ ਗੁਰਮੀ ਸਾਨੂੰ ਨਹੀਂ ਲੱਗਦੀ ਅੱਜ ਇਹਦੇ ਚੀਜ਼ਾਂ ਤੋਂ ਬੁਰਾ ਵੀ ਟੀਚਰ ਤਾਂ ਬਹੁਤ ਦੇਖ ਰਹੇ ਪਰ ਅੰਦਰੋਂ ਜੁੜਿਆ ਹੋਇਆ ਟੀਚਰ ਤਾਂ ਪਹਿਲੀ ਵਾਰੀ ਦੇਖਿਆ ਵੀ ਜਿਹੜਾ ਪੜ੍ਹਾਉਣ ਤੱਕ ਸੀਮਤ ਨਹੀਂ ਹੈਗਾ ਸਿਰਫ ਉਹਦੇ ਰਾਹ ਤੱਕ ਚੱਲਣ ਤੱਕ ਵੀ ਸੀਮਤ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਟਾਈਮ ਕੱਢ ਕੇ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਇਸੇ ਤਰ੍ਹਾਂ ਹੀ ਕਿਸੇ ਨਵੇਂ ਵਿਸ਼ੇ 'ਤੇ ਹਾਜ਼ਰ ਹੋਵਾਂਗੇ ਅਤੇ ਅਕਾਲ ਚਲਣ ਵੇਖਣ ਵਾਲੇ ਸਾਰੇ ਵਿਊਰਸ ਦਾ ਵੀ ਧੰਨਵਾਦ ਜਿਹੜੇ ਟਾਈਮ ਕੱਢ ਕੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਸੁਣ ਰਹੇ ਨੇ ਤੁਸੀਂ ਆਪਣੇ ਵਿਚਾਰ ਵੀ ਆਪਣੇ ਲੈਵਲ 'ਤੇ ਦੇ ਸਕਦੇ ਹੋ ਅਕਾਲ ਚਲਣ ਬਿਲਕੁਲ ਮੈਂ ਇਹ ਕਹਾਂਗਾ ਕਿ ਇਸ ਮੁਹਿੰਮ ਦਾ ਇੱਕ ਹਿੱਸਾ ਬਣੋ ਤਾਂ ਕਿ ਸਿੱਖ ਇਤਿਹਾਸ ਨਾਲ ਜੋ ਛੇੜਛਾੜ ਹੋ ਰਹੀ ਹੈ ਇਹਦੇ ਦੋਸ਼ੀ ਕੌਣ ਹੈ ਜੀ ਬਲੇਮ ਲਾਇਆ ਬਿਨਾ ਜੀ ਕਿਸੇ ਨੂੰ ਬਿਨਾ ਗੱਲ ਤੋਂ ਬਲੇਮ ਲਾਇਆ ਬਿਨਾ ਦੋਸ਼ੀ ਟੋਲਣ ਦੀ ਲੋੜ ਹੈ ਜੀ ਜੀ ਕਈ ਵਾਰੀ ਬਲੇਮ ਆਪਾਂ ਕਿਸੇ ਹੋਰ ਤੇ ਲਾਉਂਦੇ ਹਾਂ ਦੋਸ਼ੀ ਬਚ ਜਾਂਦਾ ਦੋਸ਼ੀ ਨਹੀਂ ਬਚਣਾ ਚਾਹੀਦਾ ਲੇਕਿਨ ਨਜਾਇਜ਼ ਬਲੇਮ ਕਿਸੇ ਦੇ ਨਹੀਂ ਲੱਗਣਾ ਚਾਹੀਦਾ ਠੀਕ ਹੈ ਔਰ ਜਿਹੜੇ ਦੋਸ਼ੀ ਹੋਵੇ ਉਹ ਤੇ ਸਖਤ ਕਾਰਵਾਈ ਹੋਵੇ ਠੀਕ ਹੈ ਜੀ ਤਾਂ ਕਿ ਸਿੱਖ ਇਤਿਹਾਸ ਜਿਹੜਾ ਇੱਕ ਮਾਰਸ਼ਲ ਕੌਮ ਦਾ ਇਤਿਹਾਸ ਹੈ ਜਿੰਦਾ ਦਿਲ ਇਤਿਹਾਸ ਹੈ ਸਾਡੀ ਜ਼ਮੀਰ ਨੂੰ ਜਗਾਉਣ ਵਾਲਾ ਉਹ ਸਾਡੇ ਬੱਚਿਆਂ ਤੱਕ ਪਹੁੰਚੇ ਕੀ ਬਾਤ ਹੈ ਧੰਨਵਾਦ ਬਹੁਤ 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 ਧੰਨਵਾਦ ਐਸੇ ਸਾਨੂੰ ਸਤਿ ਸ਼੍ਰੀ ਅਕਾਲ
ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਇਸੇ ਤਰ੍ਹਾਂ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।